हालेलुया हालेलुया प्रभु मसीह के जिंदे जलाली नाम पे हम सबको हमारी तरफ से सलाम मिले। प्रभु यीशु मसीह के जिंदे ते जलाली नाम में तनु सारे हम साडे वालों सलाम मिले। हालेलुया हालेलुया हम सब लोग आज की आराधना से बड़ी आशीष पाई होगी। तो सी सबना ने आज दी कीती गई आराधना के द्वारा बड़ी बरकत पाई होगी। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਹੁਣ ਤੁਸੀਂ ਪਰਮੇਸ਼ਰ ਦਾ ਵਚਨ ਸੁਣਨ ਲਈ ਤਿਆਰ ਹੋ। ਇਸ ਤੋਂ ਪਹਿਲਾਂ ਕਿ ਅਸੀਂ ਛੋਟੀ ਜਿਹੀ ਪ੍ਰਾਰਥਨਾ ਕਰੀਏ। ਪ੍ਰਭੂ ਜੀ ਤੁਹਾਡਾ ਧੰਨਵਾਦ ਸ਼ੁਕਰ ਕਰਦੇ ਹਾਂ ਕਿ ਤੁਸੀਂ ਹੁਣ ਤੱਕ ਆਰਾਧਨਾ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਚਲਾਇਆ। ਤੁਹਾਡੇ ਸਵਰਗ ਰਾਜ ਵਿੱਚ ਕਬੂਲ ਹੋ ਜਾਏ। ਆਓ ਪਿਤਾ ਜੀ ਹੁਣ ਆਪਣੇ ਵਚਨਾਂ ਦੁਆਰਾ ਆਪਣੇ ਲੋਕਾਂ ਨਾਲ ਗੱਲਬਾਤ ਕਰੋ। ਆਪਣੇ ਆਤਮਾ ਨੂੰ ਸਾਡੇ ਵਿੱਚ ਉਂਡੇਲ ਦਿਓ। ਦਸ ਦਸੀ ਨੂੰ ਜਾਤ ਕੀ ਮਸਾ ਸੀ ਇਸਤੇਮਾਲ ਕਰੇ। ਆਪਣੇ ਦਸ ਦਸੀ ਨੂੰ ਆਪਣੇ ਆਤਮਾ ਦੇ ਦੋ ਮਸਾ ਦੇ ਨਾਲ ਇਸਤੇਮਾਲ ਕਰੇ ਤਾਂ ਕਿ ਤੁਹਾਡਾ ਸਵਰਗੀ ਵਚਨ ਤੁਹਾਡੇ ਬੱਚਿਆਂ ਤੱਕ ਪਹੁੰਚਾਇਆ ਜਾ ਸਕੇ। ਸਾਰੇ ਨੈਟਵਰਕ ਸਿਸਟਮ ਨੂੰ ਸਾਊਂਡ ਸਿਸਟਮ ਨੂੰ ਆਪਣੇ ਹੱਥਾਂ ਵਿੱਚ ਲੈ ਲਿਓ ਤਾਂ ਕਿ ਤੁਹਾਡਾ ਬੇਟਾ ਯਸੂ ਉੱਚਾ ਕੀਤਾ ਜਾਵੇ। ਧੰਨਵਾਦ ਕਰਦੇ ਹਾਂ ਖੁਦਾਵੰਦ ਪ੍ਰਾਰਥਨਾ ਨੂੰ ਸੁਣਨ ਦੇ ਲਈ। ਪ੍ਰਾਰਥਨਾ ਨੂੰ ਪ੍ਰਭੂ ਯਸੂ ਦੇ ਨਾਮ ਵਿੱਚ ਮੰਗਦੇ ਹਾਂ। ਪਰਮੇਸ਼ਰ ਅੱਜ ਦੇ ਵਚਨ ਦੁਆਰਾ ਪਰਮੇਸ਼ਰ ਤੁਹਾਨੂੰ ਬਹੁਤ ਬਰਕਤ ਆਸ਼ੀਸ ਦੇਵੇਗਾ। ਤੁਸੀਂ ਬੜੇ ਪ੍ਰਾਰਥਨਾ ਦੇ ਨਾਲ ਬੈਠੇ ਰਹੋ। ਸੁਣਦੇ ਰਹੋ ਤੇ ਸਮਝਦੇ ਰਹੋ ਕਿ ਪਰਮੇਸ਼ਰ ਤੁਹਾਡੇ ਨਾਲ ਕੀ ਗੱਲਬਾਤ ਕਰਨਾ ਚਾਹੁੰਦਾ ਹੈ। ਜਿਵੇਂ ਵਿਸ਼ਵਾਸ ਦੇ ਨਾਲ ਤੁਸੀਂ ਪਰਮੇਸ਼ਰ ਦੇ ਵਚਨਾਂ ਨੂੰ ਸੁਣਦੇ ਹੋ ਉਹਨਾਂ ਪਰਮੇਸ਼ਰ ਤੁਹਾਡੇ ਨਾਲ ਗੱਲਬਾਤ ਕਰਦਾ ਹੈ। ਜੇਕਰ ਬਿਨਾਂ ਵਿਸ਼ਵਾਸ ਦੇ ਤੁਸੀਂ ਬੈਠੇ ਰਹੋ ਤੇ ਤੁਹਾਨੂੰ ਵਚਨ ਦੁਆਰਾ ਕੁਛ ਨਹੀਂ ਮਿਲੇਗਾ। ਹਾਲੇਲੂਯਾ। ਅੱਜ ਦੇ ਵਚਨ ਦਾ ਜੋ ਸਾਡਾ ਵਿਸ਼ਾ ਹੈ ਜਿਵੇਂ ਕਿ ਤੁਹਾਨੂੰ ਸਭਨਾਂ ਨੂੰ ਪਤਾ ਹੈ ਕਿ ਪੂਰੀ ਦੁਨੀਆਂ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਦਸੰਬਰ ਦਾ ਮਹੀਨਾ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦਾ ਮਹੀਨਾ ਕਰਕੇ ਮਨਾਇਆ ਜਾਂਦਾ ਹੈ। ਤੇ ਵਿਸ਼ੇਸ਼ ਕਰਕੇ 25 ਦਸੰਬਰ ਨੂੰ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਹਾੜਾ ਕਰਕੇ ਲੋਕ ਜਿਹੜੇ ਜਗ੍ਹਾ ਜਗ੍ਹਾ ਤੇ ਮਨਾਉਂਦੇ ਨੇ ਤੇ ਕਾਫੀ ਜਗ੍ਹਾ ਤੇ ਇਹਨੂੰ ਕ੍ਰਿਸਮਸ ਦਾ ਨਾਮ ਵੀ ਦਿੱਤਾ ਜਾਂਦਾ ਹੈ। ਕਾਫੀ ਲੋਕ ਜਿਹੜੇ ਇਹਨੂੰ ਵੱਡਾ ਦਿਨ ਵੀ ਕਹਿੰਦੇ ਨੇ। ਖੈਰ ਅਸੀਂ ਉਸਦੀ ਸਾਰੀ ਡਿਟੇਲ ਜਿਹੜੀ 25 ਦਸੰਬਰ ਨੂੰ ਕ੍ਰਿਸਮਸ ਨੂੰ ਮੀਟਿੰਗ ਹੋਏਗੀ ਉਹਨੂੰ ਵਿੱਚ ਸਿੱਖਾਂਗੇ। ਅੱਜ ਦਾ ਵਚਨ ਦਾ ਜੋ ਵਿਸ਼ੇ ਹੈ ਕਿ ਜਿਵੇਂ ਕਿ 25 ਦਸੰਬਰ ਨੇੜੇ ਆ ਗਿਆ ਹੈ ਕਿ ਸਾਨੂੰ ਅਸਲ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਕੀ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ ਤੇ ਜਿਹਦੇ ਨਾਲ ਪਰਮੇਸ਼ਰ ਸਾਥੋਂ ਬੜਾ ਖੁਸ਼ ਹੋਵੇ ਤੇ ਪਰਮੇਸ਼ਰ ਸਾਨੂੰ ਬੜੀ ਬਰਕਤ ਦੇਵੇ। ਬੇਸ਼ੱਕ ਇਹ ਕ੍ਰਿਸਮਸ ਸ਼ਬਦ ਜਾਂ ਵੱਡਾ ਦਿਨ ਸ਼ਬਦ ਬਾਈਬਲ ਦੇ ਵਿੱਚ ਨਹੀਂ ਦਿੱਤਾ ਗਿਆ ਤੇ ਨਾ ਹੀ ਏਦਾਂ ਬਾਈਬਲ ਚ ਲਿਖਿਆ ਕਿ ਤੁਸੀਂ 25 ਦਸੰਬਰ ਕਰਕੇ ਮਨਾਇਆ ਕਰੋ। ਪਰ ਪ੍ਰਭੂ ਯਸੂ ਦੇ ਜਨਮ ਦਿਨ ਬਾਰੇ ਤਾਂ ਲਿਖਿਆ ਹੋਇਆ ਨਾ। ਬਾਈਬਲ ਦੱਸਦੀ ਹੈ ਕਿ ਪ੍ਰਭੂ ਯਸੂ ਦਾ ਜਨਮ ਹੋਇਆ ਸੀ। ਅੱਜ ਦੇ ਬਚਨ ਤੋਂ ਜੋ ਸਾਡਾ ਖਾਸ ਵਿਸ਼ੇ ਹੈ ਵਚਨ ਦਾ ਵਿਸ਼ਾ ਇਹ ਹੈ ਕਿ ਜਿਵੇਂ 25 ਦਸੰਬਰ ਨੂੰ ਪੂਰੀ ਸੰਸਾਰ ਵਿੱਚ ਦੁਨੀਆਂ ਵਿੱਚ ਪ੍ਰਭੂ ਯਿਸੂ ਦਾ ਜਨਮ ਦਿਨ ਕਹਿ ਕੇ ਮਨਾਇਆ ਜਾਂਦਾ ਹੈ ਤੇ ਪ੍ਰਭੂ ਦੇ ਵਚਨ ਦੇ ਮੁਤਾਬਿਕ ਇਹਨਾਂ ਦਿਨਾਂ ਦੇ ਵਿੱਚ ਅਸੀਂ ਕੀ ਕੀ ਕਰ ਸਕਦੇ ਹਾਂ ਤੇ ਕੀ ਨਹੀਂ ਕਰ ਸਕਦੇ ਹਾਂ, ਯਾਨੀ ਕੀ ਸਾਨੂੰ ਕਰਨਾ ਚਾਹੀਦਾ ਕਿ ਪ੍ਰਭੂ ਸਾਥੋਂ ਖੁਸ਼ ਹੋਵੇ ਤੇ ਕੀ ਨਹੀਂ ਕਰਨਾ ਚਾਹੀਦਾ ਜਿਹਦੇ ਨਾਲ ਪਰਮੇਸ਼ਰ ਸਾਥੋਂ ਨਿਰਾਸ਼ ਨਾ ਹੋਵੇ। ਸੋ ਪ੍ਰਭੂ ਦੇ ਆਤਮਾ ਦੀ ਅਗਵਾਈ ਦੇ ਵਿੱਚ ਮੈਂ ਤੁਹਾਨੂੰ ਕੁਝ ਪੁਆਇੰਟ ਦੱਸ ਕੇ ਚੱਲਾਂਗਾ ਤੇ ਮੈਂ ਵਿਸ਼ਵਾਸ ਕਰਦਾ ਕਿ ਸਾਰੇ ਪੁਆਇੰਟ ਤੁਹਾਨੂੰ ਚੰਗੇ ਲੱਗਣਗੇ ਤੇ ਪਰਮੇਸ਼ਰ ਵੱਲੋਂ ਬੜੀ ਬਰਕਤ ਮਿਲੇਗੀ ਤੁਹਾਨੂੰ ਕਿਉਂਕਿ ਪ੍ਰਭੂ ਦੇ ਆਤਮਾ ਤੋਂ ਮੈਂ ਸਿੱਖੇ ਤੇ ਤੁਹਾਨੂੰ ਮੈਂ ਦੱਸ ਰਿਹਾ।
ਪਹਿਲੇ ਮੈਂ ਤੁਹਾਨੂੰ 6-7 ਪੁਆਇੰਟ ਐਦਾਂ ਦੇ ਦੱਸਾਂਗਾ ਜੋ ਕਿ ਤੁਹਾਨੂੰ ਇਹਨਾਂ ਦਿਨਾਂ ਦੇ ਵਿੱਚ ਕਰਨੇ ਚਾਹੀਦੇ ਨੇ ਪਰ ਸੱਚੇ ਦਿਲ ਦੇ ਨਾਲ ਜਿਹਦੇ ਨਾਲ ਪਰਮੇਸ਼ਵਰ ਬੜਾ ਖੁਸ਼ ਹੁੰਦਾ ਹੈ ਤੇ ਤੁਸੀਂ ਪਰਮੇਸ਼ਵਰ ਤੋਂ ਬੜੀ ਬਰਕਤ ਵੀ ਪਾ ਸਕਦੇ ਹੋ ਦੇਖੋ ਇਹ ਜਿਹੜਾ ਦਿਸੰਬਰ ਦਾ ਮਹੀਨਾ ਕਿਹਾ ਜਾਂਦਾ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦਾ ਮਹੀਨਾ ਸਿਰਫ ਇਹਦੇ ਵਿੱਚ ਚੰਗਾ ਖਾ ਪੀ ਲੈਣਾ ਚੰਗੇ ਕੱਪੜੇ ਪਾ ਲੈਣਾ ਇਸ ਦੇ ਨਾਲ ਹੀ ਨਹੀਂ ਮਨਾਇਆ ਜਾਣਾ ਚਾਹੀਦਾ ਜਾਂ ਇੱਕ ਦੂਸਰੇ ਨੂੰ ਫੋਨ ਤੇ ਮੈਰੀ ਕ੍ਰਿਸਮਸ ਕਹਿ ਦੇਣਾ ਮਿਲ ਕੇ ਹੈਪੀ ਕ੍ਰਿਸਮਸ ਕਹਿ ਦੇਣਾ ਇੰਨਾ ਹੀ ਕਾਫੀ ਨਹੀਂ ਪਰ ਪ੍ਰਭੂ ਯਿਸੂ ਦੇ ਵਚਨ ਦੇ ਮੁਤਾਬਿਕ ਸਾਨੂੰ ਇਹਨਾਂ ਦਿਨਾਂ ਵਿੱਚ ਕਰਨਾ ਚਾਹੀਦਾ ਦਿਮਾਗ ਚੰਗਾ ਤਾਂ ਕਿ ਇਹਨਾਂ ਦਿਨਾਂ ਵਿੱਚ ਤੁਸੀਂ ਇਹਨਾਂ ਪੁਆਇੰਟਸ ਨੂੰ ਫੋਲੋ ਕਰਕੇ ਉਹਦੇ ਤੇ ਚੱਲ ਸਕੋ ਪਹਿਲਾ ਪੁਆਇੰਟ ਕੈਰਲ ਸਿੰਗਿੰਗ ਦਾ ਦੇਖੋ ਇਹ ਕੈਰਲ ਸਿੰਗਿੰਗ ਸਿਰਫ ਇੱਕ ਚਰਚ ਦਾ ਹੀ ਕੰਮ ਨਹੀਂ ਕੈਰਲ ਸਿੰਗਿੰਗ ਦਾ ਮਤਲਬ ਕੀ ਹੋਇਆ ਕੁਛ ਲੋਕ ਇਕੱਠੇ ਹੋ ਕੇ ਗਲੀ ਗਲੀ ਮੁਹੱਲੇ ਮੁਹੱਲੇ ਵਿੱਚ ਜਾਣਾ ਤੇ ਪ੍ਰਭੂ ਦੇ ਭਜਨਾਂ ਨੂੰ ਗਾਣਾ ਇਹ ਕੋਈ ਜ਼ਰੂਰੀ ਨਹੀਂ ਕਿ ਚਰਚ ਹੀ ਕੈਰਲ ਸਿੰਗਿੰਗ ਕਰ ਸਕੇ ਤੁਸੀਂ ਆਪਣੇ ਪਰਿਵਾਰ ਦੇ ਆਪਣੇ ਗਲੀ ਮੁਹੱਲੇ ਦੇ ਲੋਕ ਮਿਲ ਕੇ ਏਦਾਂ ਗਲੀ ਗਲੀ ਜਾ ਕੇ ਏਦਾਂ ਕਰ ਸਕਦੇ ਹੋ ਗੀਤ ਭਜਨ ਗਾ ਸਕਦੇ ਯਾਨੀ ਕਿ ਗਾਉਂਦੇ ਵਜਾਉਂਦੇ ਤੁਸੀਂ ਢੋਲਕੀ ਵਜਾਓ ਡਫਲੀ ਨਾਲ ਲੈ ਕੇ ਜਾਓ ਉਹ ਗਾਉਂਦੇ ਵਜਾਉਂਦੇ ਤੁਸੀਂ ਜਾ ਸਕਦੇ ਪ੍ਰਭੂ ਦੀ ਮਹਿਮਾ ਦੇ ਗੀਤ ਗਾ ਸਕਦੇ ਕੁਛ ਤੁਸੀਂ ਛੋਟਾ ਲਿਟਰੇਚਰ ਵੀ ਆਪਣੇ ਕੋਲ ਰੱਖੋ ਜਿਹੜਾ ਕਿ ਤੁਸੀਂ ਪ੍ਰੇਅਰ ਟਾਵਰ ਤੋਂ ਲੈ ਸਕਦੇ ਹੋ ਉਹਨੂੰ ਘਰ ਘਰ ਵਿੱਚ ਤੁਸੀਂ ਆਦਰ ਦੇ ਨਾਲ ਰਿਸਪੈਕਟ ਦੇ ਨਾਲ ਪ੍ਰਾਰਥਨਾ ਦੇ ਨਾਲ ਵੰਡ ਸਕਦੇ ਹੋ ਜੇਕਰ ਤੁਸੀਂ ਗਾਂ ਵਿੱਚ ਪਿੰਡ ਵਿੱਚ ਰਹਿਣ ਵਾਲੇ ਤੇ ਪਿੰਡਾਂ ਵਿੱਚ ਵੇਦਾਂ ਜਾ ਕੇ ਕਰ ਸਕਦੇ ਹੋ ਜੇਕਰ ਤੁਸੀਂ ਕਲੋਨੀ ਵਿੱਚ ਰਹਿਣ ਵਾਲੇ ਤੇ ਕਲੋਨੀ 'ਚ ਇਸ ਤਰੀਕੇ ਨਾਲ ਕਰ ਸਕਦੇ ਹੋ ਜਿੰਨਾ ਤੁਸੀਂ ਕਰ ਸਕਦੇ ਹੋ ਉਹਨਾਂ ਤੁਹਾਨੂੰ ਕਰਨਾ ਚਾਹੀਦਾ ਹੈ ਜਿਵੇਂ ਤੁਸੀਂ ਗਲੀ ਗਲੀ ਵਿੱਚ ਜਾਂਦੇ ਹੋ ਤੇ ਗਲੀ ਗਲੀ ਵਿੱਚ ਲੋਕਾਂ ਲਈ ਪ੍ਰਾਰਥਨਾ ਕਰ ਸਕਦੇ ਹੋ ਤੇ ਤੁਸੀਂ ਲੋਕਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਬਾਰੇ ਦੱਸ ਸਕਦੇ ਹੋ ਜੇ ਹੋ ਸਕੇ ਤਾਂ ਕ੍ਰਿਸਮਸ ਦਾ ਜਿਹੜਾ ਸ਼ਬਦ ਹੈ ਇਹਨੂੰ ਘੱਟ ਤੋਂ ਘੱਟ ਇਸਤੇਮਾਲ ਕਰੋ ਤੁਸੀਂ ਪ੍ਰਭੂ ਯਿਸੂ ਦੇ ਜਨਮ ਦਾ ਜਿਹੜਾ ਸ਼ਬਦ ਹੈ ਉਹ ਇਸਤੇਮਾਲ ਕਰੋ ਤੁਸੀਂ ਲੋਕਾਂ ਨੂੰ ਦੱਸ ਸਕਦੇ ਹੋ ਕਿ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਲਗਭਗ ਅੱਜ ਤੋਂ 2020 ਸਾਲ ਪਹਿਲਾਂ ਹੋਇਆ ਸੀ ਕੁਆਰੀ ਮਰੀਮ ਦੀ ਕੋਖ ਤੋਂ ਜਨਮ ਲਿਆ ਉਹ ਸ਼ਬਦ ਰੂਪੀ ਪਰਮੇਸ਼ਰ ਜਿਹੜਾ ਜ਼ਮੀਨ ਤੇ ਦੇਹ ਧਾਰਨ ਕਰਕੇ ਆ ਗਿਆ ਤੇ ਇਹ ਵੀ ਦੱਸ ਸਕਦੇ ਕਿ ਪ੍ਰਭੂ ਯਿਸੂ ਮਸੀਹ ਸਿਰਫ ਈਸਾਈ ਧਰਮ ਦੇ ਲਈ ਨਹੀਂ ਆਇਆ ਇਹ ਵੀ ਦੱਸ ਸਕਦੇ ਹੋ ਕਿ ਈਸਾਈ ਧਰਮ ਈਸਾਈ ਸ਼ਬਦ ਤਾਂ ਬਾਈਬਲ ਦੇ ਵਿੱਚ ਲਿਖਿਆ ਹੋਇਆ ਇਹ ਵੀ ਦੱਸ ਸਕਦੇ ਹੋ ਕਿ ਬਾਈਬਲ ਕਿਸੇ ਦਾ ਧਰਮ ਨਹੀਂ ਬਦਲਦੀ ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ ਕਿ ਪ੍ਰਭੂ ਯਿਸੂ ਮਸੀਹ ਤਾਂ ਸਾਰੇ ਸੰਸਾਰ ਦੇ ਲਈ ਆਇਆ ਸਾਰੇ ਸੰਸਾਰ ਦੇ ਮੁਕਤੀ ਦਾਤਾ ਇਸ ਤਰੀਕੇ ਦੇ ਨਾਲ ਗੀਤ ਭਜਨ ਗਾਉਂਦੇ ਗਾਉਂਦੇ ਤੁਸੀਂ ਇੱਦਾਂ ਦਾ ਪ੍ਰਚਾਰ ਵੀ ਕਰ ਸਕਦੇ ਹੋ ਤੇ ਨਾਲ ਦੀ ਨਾਲ ਤੁਸੀਂ ਲਿਟਰੇਚਰ ਵੀ ਵੰਡ ਸਕਦੇ ਤੇ ਜਿਵੇਂ 25 ਦਸੰਬਰ ਦੀ ਮੀਟਿੰਗ ਹੋਏਗੀ ਤੁਸੀਂ ਉਹਦੇ ਬਾਰੇ ਵੀ ਦੱਸ ਸਕਦੇ ਹੋ ਜਿਹਦੇ ਬਾਰੇ ਤੁਹਾਨੂੰ ਮੀਟਿੰਗ ਤੋਂ ਬਾਅਦ ਡਿਟੇਲ ਵਿੱਚ ਦੱਸਿਆ ਜਾਵੇਗਾ ਪਰ ਇੱਕ ਗੱਲ ਚੇਤੇ ਰੱਖਣਾ ਕਿਸੇ ਧਰਮ ਜਾਤੀ ਦੇ ਖਿਲਾਫ ਨਾ ਇਹ ਸਾਰਾ ਕੁਝ ਜੋ ਕਿ ਤੁਸੀਂ ਕਰਨਾ ਹੈ ਬਿਨਾਂ ਸਵਾਰਥ ਤੋਂ ਕਰਨਾ ਹੈ ਤਾਂ ਕਿ ਸਾਰੀ ਮਹਿਮਾ ਪ੍ਰਭੂ ਨੂੰ ਮਿਲੇ ਜੇਕਰ ਕੈਰਲ
सिंह के चक्कर विच कोई सेवक या कोई विश्वासी चंदे का लालच करता है या चंदा कमान के चक्कर विच ही कैरल सिंगिंग करते हैं ਉਹਨੂੰ ਪਰਮੇਸ਼ਰ ਤੋਂ ਆਸ਼ੀਸ਼ ਦੇ ਬਦਲੇ ਸਜ਼ਾ ਮਿਲੇਗੀ ਸੋ ਇਸ ਗੱਲ ਦਾ ਵੀ ਵਿਸ਼ੇਸ਼ ਧਿਆਨ ਰੱਖਣਾ प्रभु यीशु के जन्मदिन की खुशखबरी सुनाना है चंगा होंगे जो अं गली गली मोहल्ले मोहल्ले भी जाके प्रभु यीशु मसीह के जन्मदिन बारे दसांगे प्रभु यीशु के जन्मदिन की खुशखबरी लोगों को सुनाओगे कोई तुहाडा विरोध भी नहीं करेगा क्योंकि सबना नूं पता है कि इस महीने विच इन्हां दे प्रभु यीशु का जन्म होया बेशक बाइबल विच इन्हां दिनां दे बारे इस तारीख बारे इस महीने बारे कोई जिक्र नहीं दिता गया पर लोगों के मन में ऐसा की धारणा हुई है सो यह तुहाडे लई सबना लई चंगा मौका है विश्वासी लई चंगा मौका है तुसी ऐसा कर सकते हो दूसरा की कर सकते हो होर की कर सकते हो अपने घर दे विच अपने आस पड़ोस नूं अपने गली मोहल्ले नूं अपने मित्र दोस्तां नूं अपने रिश्तेदारां नूं या अपने नाल ड्यूटी करन वाले नूं तुसीं अपने घर चाह पानी ते इनवाइट कर सकते हो ते तुसीं उहनां नूं अपने घर विच बुला के चाह पानी पिला सकते हो लंच करा सकते हो डिनर करा सकते हो ते नाल दी नाल प्रभु दा वचन उहनां नूं सुना सकते हो उहनां नूं कोई गीत भजन सुना सकते हो ਉਹਨਾਂ ਨੂੰ ਕੋਈ ਲਿਟਰੇਚਰ ਦੇ ਸਕਦੇ ਉਹਨਾਂ ਲਈ ਤੁਸੀਂ ਪ੍ਰਾਰਥਨਾ ਵੀ ਕਰ ਸਕਦੇ ਤੁਸੀਂ ਉਹਨਾਂ ਲਈ ਆਪਣੇ ਦੇਣ ਲਈ ਆਪਣੇ ਚਰਚ ਤੋਂ ਲਿਟਰੇਚਰ ਲੈ ਕੇ ਜਾਓ ਨਿਊ ਟੈਸਟਾਮੈਂਟ ਲੈ ਕੇ ਜਾਓ ਬਾਈਬਲ ਲੈ ਕੇ ਜਾਓ ਜਾਂ ਤੁਸੀਂ ਉਹਨਾਂ ਨੂੰ ਕ੍ਰਿਸਮਸ ਕੇਕ ਵੀ ਦੇ ਸਕਦੇ ਹੋ ਤੇ ਤੁਸੀਂ ਇਹ ਸਾਰੀ ਚੀਜ਼ਾਂ ਉਹਨਾਂ ਨੂੰ ਪ੍ਰਾਰਥਨਾ ਕਰਕੇ ਦੇ ਸਕਦੇ ਹੋਰ ਵੀ ਕੋਈ ਉਹਨਾਂ ਨੂੰ ਗਿਫਟ ਆਪਣੇ ਵੱਲੋਂ ਦੇ ਸਕਦੇ ਹੋ ਜਾਂ ਚਰਚ ਵੱਲੋਂ ਜਿਵੇਂ ਬਾਈਬਲ ਬੈਗ ਹੁੰਦਾ ਹੈ ਜਾਂ ਮੋਟਰਸ ਹੁੰਦੇ ਨੇ ਵਰਸਿਸ ਹੁੰਦੀਆਂ ਉਹ ਤੁਸੀਂ ਵੀ ਉਹਨਾਂ ਨੂੰ ਦੇ ਸਕਦੇ ਹੋ ਪਰ ਯਾਦ ਰੱਖੋ ਜੀਜਸ ਦੀ ਮਰੀਅਮ ਦੀ ਚੇਲਿਆਂ ਦੀ ਫੋਟੋ ਉਹਨਾਂ ਨੂੰ ਨਹੀਂ ਦੇਣੀ ਕਿਉਂਕਿ ਬਾਈਬਲ ਦੇ ਵਿੱਚ ਉਹਨਾਂ ਦੀ ਫੋਟੋ ਬਾਰੇ ਕੋਈ ਲਿਖਿਆ ਹੋਇਆ ਨਹੀਂ ਹੈ ਸੋ ਤੁਸੀਂ ਜਦੋਂ ਇਸ ਤਰੀਕੇ ਨਾਲ ਉਹਨਾਂ ਨੂੰ ਇਨਵਾਈਟ ਕਰੋਗੇ ਟੀ ਪਾਰਟੀ ਕਰੋਗੇ ਲੰਚ ਕਰਾਓਗੇ ਡਿਨਰ ਕਰਾਓਗੇ ਉਹਨਾਂ ਨੂੰ ਬੁਰਾ ਨਹੀਂ ਲੱਗੇਗਾ ਤੇ ਉਹਨਾਂ ਨੂੰ ਪ੍ਰਾਰਥਨਾ ਕਰਕੇ ਆਪਣੇ ਘਰ ਤੋਂ ਵਿਦਾ ਕਰਨਾ ਤੇ ਉਹਨਾਂ ਨੂੰ 25 ਦਸੰਬਰ ਬਾਰੇ ਤੁਸੀਂ ਇਨਵਾਈਟ ਕਰ ਸਕਦੇ ਹੋ ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ ਕਿ 25 ਦਸੰਬਰ ਨੂੰ ਸਾਡੇ ਚਰਚ ਵਿੱਚ ਇਹਦਾ ਪ੍ਰੋਗਰਾਮ ਹੋਏਗਾ ਕਿ ਤੁਸੀਂ ਸਾਡੇ ਨਾਲ ਚੱਲ ਸਕਦੇ ਫਿਰ ਤੁਹਾਨੂੰ ਦੱਸ ਰਿਹਾ ਕਿ ਸਾਰਾ ਕੁਝ ਜੋ ਵੀ ਤੁਸੀਂ ਕਰਨਾ ਉਹ ਪ੍ਰਭੂ ਦੀ ਮਹਿਮਾ ਲਈ ਹੋਣਾ ਚਾਹੀਦਾ ਕੋਈ ਸਵਾਰਥ ਰੱਖ ਕੇ ਨਹੀਂ ਕਰਨਾ ਕਿ ਆਪਣੇ ਘਰ ਵਿੱਚ ਮਿੱਤਰ ਦੋਸਤਾਂ ਨੂੰ ਬੁਲਾ ਲਿਆ ਰਿਸ਼ਤੇਦਾਰਾਂ ਨੂੰ ਆਸ ਪੜੋਸੀਆਂ ਨੂੰ ਬੁਲਾ ਲਿਆ ਕਿ ਇਹਦੇ ਵਿੱਚ ਕੋਈ ਤੁਹਾਨੂੰ ਸਵਾਰਥ ਹੈ ਕਿ ਮੇਰੇ ਮਿੱਤਰ ਦੋਸਤਾਂ ਨਾਲ ਮੇਰੇ ਪੜੋਸੀਆਂ ਨਾਲ ਮੇਰੇ ਰਿਸ਼ਤੇਦਾਰਾਂ ਨਾਲ ਮੇਰਾ ਰਿਲੇਸ਼ਨ ਵਧੇਗਾ ਰਿਸ਼ਤੇਦਾਰੀ ਹੋਰ ਜ਼ਿਆਦਾ ਗੂੜੀ ਹੋ ਜਾਏਗੀ ਇਹ ਸਵਾਰਥ ਰੱਖ ਕੇ ਨਹੀਂ ਕਰਨਾ ਜਦੋਂ ਤੁਸੀਂ ਏਦਾਂ ਦਾ ਕੋਈ ਗਲਤ ਸਵਾਰਥ ਰੱਖ ਕੇ ਏਦਾਂ ਕਰੋਗੇ ਤੁਹਾਨੂੰ ਪਰਮੇਸ਼ਰ ਵੱਲੋਂ ਬਰਕਤ ਨਹੀਂ ਮਿਲੇਗੀ ਸੋ ਬਹੁਤ ਸਾਰੇ ਚੰਗੇ ਜਿਹੜੇ ਮਸੀਹ ਲੋਕ ਹੈ ਇੱਦਾਂ ਕਰਦੇ ਵੀ ਨੇ ਸੋ ਕਿੰਨੇ ਚੰਗੇ ਚੰਗੇ ਵਿਸ਼ਵਾਸੀਆਂ ਤੋਂ ਮਸੀਹ ਲੋਕਾਂ ਤੋਂ ਮੈਂ ਇੱਦਾਂ ਸੁਣਿਆ ਕਿ ਉਹਨਾਂ ਨੇ ਦੱਸਿਆ ਕਿ ਸਾਡੇ ਘਰ ਇੱਦਾਂ ਰਿਸ਼ਤੇਦਾਰ ਆਏ ਸੀ ਸਾਡੇ ਆਸ ਪੜੋਸ ਦੇ ਲੋਕ ਆਏ ਸੀ ਸਾਡੇ ਨਾਲ ਡਿਊਟੀ ਕਰਨ ਵਾਲੇ ਲੋਕ ਆਏ ਸੀ ਅਸੀਂ ਉਹਨਾਂ ਦੀ ਇੱਦਾਂ ਟੀ ਪਾਰਟੀ ਕੀਤੀ ਪ੍ਰਭੂ ਦਾ ਵਚਨ ਉਹਨਾਂ ਨੂੰ ਸੁਣਾਇਆ ਇਸ ਤਰੀਕੇ ਨਾਲ ਅਸੀਂ ਵੱਡਾ ਦਿਨ ਮਨਾਇਆ ਸੋ ਅਸੀਂ ਅੱਧਾ ਘੰਟਾ ਬੈਠ ਕੇ ਪ੍ਰਭੂ ਦਾ ਵਚਨ ਸਿੱਖਿਆ ਸਿਖਾਇਆ ਤੇ ਪ੍ਰਭੂ ਦੇ ਗੀਤ ਭਜਨ ਗਾਏ ਤੇ ਫਿਰ ਉਹਨਾਂ ਨੂੰ ਖਾਣਾ ਖਿਲਾਇਆ ਇਹ ਕੰਮ
काम सिर्फ सेवका का या चर्च का ही नहीं, हर एक विश्वासी का काम है। सो यह हो गया दूसरा काम जो इन्होंने दिनों में कर सकते हो। तीसरा काम की कर सकते हो, अपने जिन्हें भी जड़े भी थोड़े ऑफिसर लाइन के लोग ने, सरकारी लोग ने, चाहे नेता लोग ने, उन्होंने तुसी इनवाइट कर सकते हो, उन्होंने वचन सुना सकते हो, निमंत्रण दे सकते हो। यह थोड़े लिए मौका है, अवसर है, तुसी 25 दिसंबर बारे उन्होंने इनवाइट कर सकते हो, जिवें तुसी अपने इलाके के सरपंच नूं बुला सकते हो। केक लेके जा सकते हो, स्टिकर लेके जा सकते हो, या कैलेंडर लेके जा सकते हो, या बाइबल लेके जा सकते हो, या वर्सेस लेके जा सकते हो, तो उन्हें ऐसा बुरा भी नहीं लगेगा, क्योंकि उन्होंने पता लगेगा कि 25 दिसंबर को इन्हों के प्रभु का जन्म दिन होया। साल के बाकी दिनों में जेकर तुम उन्होंने ऐसा गिफ्ट लेके जाओगे, कोई चीज लेके जाओगे, उन्होंने चंगा नहीं लगेगा, बुरा लगेगा। जबकि पूरे साल ही सानू जिहड़ा कि प्रभु का वचन दूसरे तक पहुंचाना चाहिए। जिवें मैं तुहानू दस्सिया कि सरपंच नूं तुसी इनविटेशन दे सकदे हो, कौंसलर नूं इनविटेशन दे सकदे हो, तुहाडे महल्ले दे जेकर कोई प्रधान है उन्हां नूं इनविटेशन दे सकदे हो, या तुहाडे बच्चे दे स्कूल दे प्रिंसीपल है, स्टाफ है, उन्हां नूं इनविटेशन दे सकदे हो, ਤੁਹਾਡੇ ਬੈਂਕ ਦੇ ਮੈਨੇਜਰ ਨੇ ਜਿੱਥੇ ਤੁਸੀਂ ਆਉਂਦੇ ਜਾਂਦੇ ਰਹਿੰਦੇ ਹੋ, ਜਾਂ ਕੋਈ ਪੁਲਿਸ ਦੇ ਕੋਈ ਐਸ ਐਚ ਓ ਹੁੰਦੇ ਨੇ, ਜਾਂ ਮੁਖੀ ਹੁੰਦੇ, ਉਹਨਾਂ ਨੂੰ ਤੁਸੀਂ ਇਨਵੀਟੇਸ਼ਨ ਦੇ ਸਕਦੇ ਹੋ, ਜਾਂ ਡੀ ਐਸ ਪੀ ਹੋਵੇ, ਸੀ ਪੀ ਹੋਵੇ, ਤੁਸੀਂ ਕਿਸੇ ਨੂੰ ਵੀ ਏਦਾਂ ਇਨਵੀਟੇਸ਼ਨ ਜਿਹੜਾ ਕਿ ਪਹੁੰਚਾ ਸਕਦੇ ਹੋ, ਜਾਂ ਜਿਸ ਦੁਕਾਨ ਤੇ ਤੁਸੀਂ ਸਮਾਨ ਖਰੀਦਣ ਲਈ ਜਾਂਦੇ ਹੋ ਉਹਨਾਂ ਨੂੰ ਵੀ ਤੁਸੀਂ ਇਨਵਾਈਟ ਕਰ ਸਕਦੇ ਹੋ, ਜਾਂ ਤੁਸੀਂ ਕਦੇ ਡਾਕਟਰ ਕੋਲ ਜਾਂਦੇ ਹੋ, ਡਾਕਟਰ ਨੂੰ ਇਨਵੀਟੇਸ਼ਨ ਦੇ ਸਕਦੇ ਹੋ, ਤੁਹਾਡੇ ਇਲਾਕੇ ਦੇ ਕੋਈ ਐਮ ਐਲ ਏ ਹੋਣਗੇ, ਤੁਸੀਂ ਉਹਨਾਂ ਨੂੰ ਵੀ ਜਾ ਕੇ ਇਨਵੀਟੇਸ਼ਨ ਦੇ ਸਕਦੇ ਹੋ, ਤੁਸੀਂ ਨਾਲ ਦੀ ਨਾਲ ਉਹਨਾਂ ਨੂੰ ਜਾ ਕੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੇ ਬਾਰੇ ਦੱਸ ਸਕਦੇ ਹੋ, ਇਨਵੀਟੇਸ਼ਨ ਉਹਨਾਂ ਨੂੰ ਦੇ ਸਕਦੇ ਹੋ। ਉਹਨਾਂ ਲਈ ਕੇਕ ਲੈ ਜਾ ਸਕਦੇ ਹੋ, ਚਰਚ ਤੋਂ ਕੋਈ ਬਾਈਬਲ ਬੈਗ ਲੈ ਜਾ ਸਕਦੇ ਹੋ, ਬਾਈਬਲ ਲੈ ਜਾ ਸਕਦੇ ਹੋ, ਕੈਲੰਡਰ ਲੈ ਜਾ ਸਕਦੇ, ਕੋਈ ਵੀ ਗਿਫਟ ਉਹਨਾਂ ਨੂੰ ਪੇਂਟ ਕਰ ਸਕਦੇ ਹੋ, ਉਹਨਾਂ ਨੂੰ ਗਿਫਟ ਲੈ ਕੇ ਬੜਾ ਚੰਗਾ ਲੱਗੇਗਾ ਤੇ ਉਹਨਾਂ ਉੱਤੇ ਚੰਗਾ ਪ੍ਰਭਾਵ ਪਵੇਗਾ। ਉਹ ਅਲੱਗ ਗੱਲ ਹੈ ਕਿ ਉਹ ਤੁਹਾਡੀ ਗੱਲ ਨੂੰ, ਤੁਹਾਡੇ ਇਨਵੀਟੇਸ਼ਨ ਨੂੰ ਕਬੂਲ ਕਰਦੇ ਆ ਜਾਂ ਨਹੀਂ ਕਰਦੇ, ਪਰ ਤੁਸੀਂ ਆਪਣੇ ਵੱਲੋਂ ਬੀਜ ਬੋ ਦੇ ਹੋ ਤੇ ਉਹਨਾਂ ਦੇ ਆਫਿਸ ਵਿੱਚ ਜਾ ਕੇ ਉਹਨਾਂ ਲਈ ਪ੍ਰਾਰਥਨਾ ਕਰ ਲਓ। ਨੀਤੀ ਵਚਨ 18 ਅਧਿਆਇ ਦੀ 16 ਆਇਤ ਵਿੱਚ ਇੱਦਾਂ ਲਿਖਿਆ ਹੈ, ਜਦੋਂ ਵੀ ਤੁਸੀਂ ਭੇਟ ਕਿਸੇ ਨੂੰ ਕੋਈ ਦਿੰਦੇ ਹੋ, ਭੇਟ ਮਨੁਸ਼ ਕੇ ਲਈ ਮਾਰਗ ਖੋਲ ਦੇਤੀ ਹੈ ਔਰ ਉਸੇ ਬੜੇ ਲੋਕੋਂ ਕੇ ਸਾਹਮਣੇ ਪਹੁੰਚਾਤੀ ਹੈ। ਕੋਈ ਵੀ ਜਿਹੜੀ ਭੇਟ ਹੈ, ਗਿਫਟ ਹੈ, ਉਹ ਇਨਸਾਨ ਦੇ ਲਈ ਰਸਤਾ ਖੋਲ ਦਿੰਦੀ ਹੈ ਤੇ ਉਹਨੂੰ ਵੱਡੇ ਲੋਕਾਂ ਦੇ ਸਾਹਮਣੇ ਪਹੁੰਚਾ ਦਿੰਦੀ ਹੈ। ਪਰ ਮੈਂ ਤੁਹਾਨੂੰ ਪਹਿਲੇ ਦੱਸਿਆ, ਸਾਰਾ ਕੁਛ ਪਰਮੇਸ਼ੁਰ ਦੀ ਮਹਿਮਾ ਦੇ ਲਈ, ਤੁਹਾਨੂੰ ਕੋਈ ਆਪਣਾ ਸਵਾਰਥ ਰੱਖ ਕੇ ਨਹੀਂ ਕਰਨਾ ਕਿ ਮੈਂ ਐਸ ਐਚ ਓ ਸਾਹਿਬ ਨੂੰ ਇਨਵੀਟੇਸ਼ਨ ਦੇ ਜਾਵਾਂਗਾ, ਉਹਨਾਂ ਦੇ ਨਾਲ ਮੇਰਾ ਪ੍ਰੇਮ ਵੱਧ ਜਾਏਗਾ, ਮੈਂ ਡੀ ਐਸ ਪੀ ਸਾਹਿਬ ਨੂੰ ਇਨਵੀਟੇਸ਼ਨ ਦੇ ਜਾਵਾਂਗਾ ਤੇ ਮੇਰਾ ਪ੍ਰੇਮ ਉਹਨਾਂ ਦੇ ਨਾਲ ਵੱਧ ਜਾਏਗਾ, ਜੇਕਰ ਮੈਂ ਕੌਂਸਲਰ ਇਨਵੀਟੇਸ਼ਨ ਦੇ ਜਾਵਾਂਗਾ ਤੇ ਮੇਰਾ ਪ੍ਰੇਮ ਉਹਨਾਂ ਨਾਲ ਵੱਧ ਜਾਏਗਾ। ਜੇਕਰ ਤੁਸੀਂ ਏਦਾਂ ਸਵਾਰਥ ਰੱਖ ਕੇ ਕਿਸੇ ਨੂੰ ਇਨਵਾਈਟ ਕਰੋਗੇ, ਕੋਈ ਇਨਸਾਨ ਤੁਹਾਨੂੰ ਦੇਖੇ ਚਾਹੇ ਨਾ ਦੇਖੇ, ਕੋਈ ਤੁਹਾਡੀ ਸੋਚ ਨੂੰ ਦੇਖੇ ਚਾਹੇ ਨਾ ਦੇਖੇ, ਪਰ ਉੱਪਰ ਵਾਲਾ ਜ਼ਰੂਰ ਦੇਖਦਾ। ਜੇਕਰ ਤੁਹਾਡੀ ਸੋਚ ਠੀਕ ਨਾ ਹੋਈ, ਤੁਹਾਡਾ ਵਿਚਾਰ ਠੀਕ ਨਾ ਹੋਇਆ, ਤੇ ਪਰਮੇਸ਼ੁਰ ਵੱਲੋਂ ਤੁਹਾਨੂੰ ਬਰਕਤ ਮਿਲਣ ਵਾਲੀ ਨਹੀਂ। ਸ਼ੁੱਧ ਦਿਲ ਦੇ ਨਾਲ ਇਹ ਹੋਣਾ ਚਾਹੀਦਾ ਕਿ ਮੈਂ ਪਰਮੇਸ਼ੁਰ ਦੀ ਖੁਸ਼ਖਬਰੀ ਲੋਕਾਂ ਨੂੰ ਦੱਸ ਦਵਾਂ। ਸੋ ਇਹ ਸੋਚਦੇ
परमेश्वर ने सानू इस लिए कलिया है ते परमेश्वर साड़ी ड्यूटी भी बनती है क्रिसमस दा प्रभु यीशु मसीह दे जन्मदिन दा महीना है ते इहदे ते ज्यादा तो ज्यादा मैं प्रचार कर देवां। कई बार की लोग होंगे ने कुछ लोग मैरी क्रिसमस दा कहंदे फिरदे रहिंदे ने पर किसे तक प्रभु दा वचन नहीं पहुंचांदे, किसे नूं ए नहीं दसदे कि साडा प्रभु किस लई आया ते लोकां नूं पता भी नहीं होंदा। सो ए तुहाडे लई अवसर है, मौका है कि प्रभु दा वचन लोकां तक पहुंचांदे। देखो जो कुछ तुसी करोगे उसकी बरकत परमेश्वर तुहानू ते तुहाडे परिवार लई करेगा, तुहाडे रिश्तेदारां लई करेगा। पर असी जो कुछ करांगे उसकी बरकत परमेश्वर सानू दसेगा। सो ऐ मौका ए अवसर है कि साफ दिल नाल परमेश्वर दे लई जुड़ जाओ। चौथा पॉइंट की है, चौथा काम तुसी कर सकते हो। ਇਹਨਾਂ ਦਿਨਾਂ ਵਿੱਚ ਤੁਸੀਂ ਕਿਸੇ ਗਰੀਬ ਦੀ ਕਿਸੇ ਜ਼ਰੂਰਤਮੰਦ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਮਦਦ ਕਰ ਸਕਦੇ ਹੋ। ਇਹ ਵੀ ਪਰਮੇਸ਼ਰ ਨੂੰ ਬੜਾ ਚੰਗਾ ਲੱਗਦਾ। ਚਾਹੇ ਕੋਈ ਮਸੀਹ ਬੰਦਾ ਹੈ, ਚਾਹੇ ਕੋਈ ਗੈਰ ਮਸੀਹ ਬੰਦਾ ਹੈ, ਕੋਈ ਜ਼ਰੂਰਤਮੰਦ ਹੈ, ਕਿਸੇ ਨੂੰ ਗਰਮ ਕੱਪੜੇ ਦੀ ਜ਼ਰੂਰਤ ਹੈ ਜਾਂ ਰਾਸ਼ਨ ਦੀ ਜ਼ਰੂਰਤ ਹੈ ਜਾਂ ਕਿਸੇ ਨੂੰ ਘਰ ਦੀ ਕੋਈ ਅੰਨੇ ਚੀਜ਼ ਦੀ ਜ਼ਰੂਰਤ ਹੈ ਜਾਂ ਕਿਸੇ ਨੂੰ ਕੋਈ ਥੋੜੇ ਬਹੁਤੇ ਪੈਸੇ ਦੀ ਜ਼ਰੂਰਤ ਹੈ, ਉਹਨਾਂ ਨੂੰ ਬੜਾ ਚੰਗਾ ਲੱਗੇਗਾ ਕਿ ਦੇਖੋ ਪ੍ਰਭੂ ਯਸੂ ਦੇ ਲੋਕ ਕਿੰਨੇ ਚੰਗੇ ਲੋਕ ਹੁੰਦੇ ਹੈ। ਇਹ ਚਰਚ ਵਿੱਚ ਜਾਣ ਵਾਲੇ ਲੋਕ ਦੇਖੋ ਪ੍ਰਭੂ ਯਸੂ ਦੇ ਲੋਕ ਹੈ, ਕਿੰਨੇ ਚੰਗੇ ਲੋਕ ਹੈ ਜਿਹੜੇ ਚਰਚ ਜਾ ਰਹੇ ਨੇ। ਪਰ ਕਿਸੇ ਨੂੰ ਇਸ ਚੱਕਰ ਵਿੱਚ ਮਦਦ ਨਹੀਂ ਕਰਨਾ ਕਿ ਇਹ ਆਪਣਾ ਧਰਮ ਬਦਲ ਲਵੇ ਜਾਂ ਇਹ ਕਿਸੇ ਤਰੀਕੇ ਨਾਲ ਚਰਚ ਆਉਣਾ ਸ਼ੁਰੂ ਕਰ ਦੇਵੇ, ਇਸ ਤਰੀਕੇ ਨਾਲ ਮਦਦ ਨਹੀਂ ਕਰਨਾ। ਬਦਲਣਾ ਪਰਮੇਸ਼ਰ ਦਾ ਕੰਮ ਹੈ, ਪਰਮੇਸ਼ਰ ਦਾ ਕੰਮ ਹੈ ਕਿ ਉਸ ਵਿਅਕਤੀ ਨੂੰ ਉਸ ਇਨਸਾਨ ਨੂੰ ਕਿੱਦਾਂ ਬਦਲਣਾ। ਸੋ ਇਹ ਸੋਚਦੇ ਹੋਏ ਕਿ ਮੇਰਾ ਪ੍ਰਭੂ ਯਿਸੂ ਮਸੀਹ ਸਾਰੀ ਧਰਤੀ ਦੇ ਲਈ ਔਰ ਮੇਰੇ ਲਈ ਸੰਸਾਰ ਵਿੱਚ ਆਇਆ, ਮੇਰੀ ਵੀ ਕੁਝ ਜ਼ਿੰਮੇਵਾਰੀ ਬਣਦੀ ਹੈ, ਕੁਝ ਡਿਊਟੀ ਬਣਦੀ ਹੈ। ਤੁਸੀਂ ਜਦੋਂ ਉਹਨਾਂ ਦੀ ਸਹਾਇਤਾ ਕਰਦੇ ਹੋ ਉਹਨਾਂ ਲਈ ਪ੍ਰਾਰਥਨਾ ਵੀ ਕਰ ਸਕਦੇ ਹੋ, ਉਹਨਾਂ ਨੂੰ ਪਰਮੇਸ਼ਰ ਦਾ ਥੋੜਾ ਬਹੁਤਾ ਵਚਨ ਵੀ ਦੱਸ ਸਕਦੇ ਹੋ, ਉਹਨਾਂ ਨੂੰ ਕਿਸੇ ਵੀ ਢੰਗ ਨਾਲ ਥੋੜਾ ਬਹੁਤਾ ਲਿਟਰੇਚਰ ਵੀ ਦੇ ਸਕਦੇ ਹੋ ਤੇ ਨਾਲ ਦੀ ਨਾਲ ਚਰਚ ਦਾ ਐਡਰੈਸ ਵੀ ਦੱਸ ਸਕਦੇ ਹੋ, 25 ਦਸੰਬਰ ਬਾਰੇ ਵੀ ਦੱਸ ਸਕਦੇ ਹੋ। ਹੋ ਸਕਦਾ ਚਰਚ ਦਾ ਵਿਜ਼ਿਟਿੰਗ ਕਾਰਡ ਆਪਣੇ ਕੋਲ ਰੱਖਿਆ ਕਰੋ ਜਿੱਥੇ ਪੂਰਾ ਐਡਰੈਸ ਤੇ ਫੋਨ ਨੰਬਰ ਲਿਖਿਆ ਹੁੰਦਾ, ਤੁਸੀਂ ਉਹਨਾਂ ਨੂੰ ਫੋਨ ਨੰਬਰ ਦੇ ਸਕਦੇ ਹੋ ਤੇ ਤੁਸੀਂ ਕਹਿ ਸਕਦੇ ਹੋ ਕਿ ਇੱਥੇ ਤੁਸੀਂ ਪ੍ਰਾਰਥਨਾ ਵੀ ਕਰਵਾ ਸਕਦੇ ਹੋ, ਤੁਸੀਂ ਉਹਨਾਂ ਨੂੰ ਆਪਣਾ ਫੋਨ ਨੰਬਰ ਵੀ ਦੇ ਸਕਦੇ ਹੋ, ਤੁਸੀਂ ਮੇਰੇ ਤੋਂ ਵੀ ਪ੍ਰਾਰਥਨਾ ਕਰਵਾ ਸਕਦੇ ਹੋ। ਸੋ ਇਹ ਤੁਹਾਡੇ ਲਈ ਮੌਕਾ ਹੈ, ਅਵਸਰ ਹੈ ਕਿ ਤੁਸੀਂ ਕਿਸੇ ਗਰੀਬ ਦੀ ਮਦਦ ਕਰ ਸਕਦੇ ਹੋ। ਵੈਸੇ ਤਾਂ ਤੁਸੀਂ ਸਾਰਾ ਸਾਲ ਹੀ ਕਿਸੇ ਦੀ ਸਹਾਇਤਾ ਕਰ ਸਕਦੇ ਹੋ, ਪਰ ਇਸ ਮਹੀਨੇ ਵਿੱਚ ਵਿਸ਼ੇਸ਼ ਤੌਰ ਤੇ ਕਿਸੇ ਨੂੰ ਬੁਰਾ ਨਹੀਂ ਲੱਗੇਗਾ। ਸਭ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਇਹ ਕ੍ਰਿਸਮਿਸ ਦਾ ਮਹੀਨਾ ਹੈ, ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦਾ ਇਹਨਾਂ ਦਾ ਮਹੀਨਾ ਹੈ, ਤੇ ਨਾਲ ਦੀ ਨਾਲ ਤੁਸੀਂ 25 ਦਸੰਬਰ ਬਾਰੇ ਉਹਨਾਂ ਨੂੰ ਇਨਵਾਈਟ ਕਰ ਸਕਦੇ ਹੋ। ਜਿਵੇਂ ਕਿ ਤੁਹਾਨੂੰ ਪਤਾ ਕਿ ਹਰ ਸਾਲ ਐਸ ਪੀ ਟੀ ਵਿੱਚ ਪ੍ਰੇ ਟਾਵਰ ਵਿੱਚ ਗਰੀਬ ਜ਼ਰੂਰਤਮੰਦਾਂ ਨੂੰ ਰਾਸ਼ਨ ਵੀ ਵੰਡਿਆ ਜਾਂਦਾ ਤੇ ਗਰਮ ਕੱਪੜੇ ਵੀ ਵੰਡੇ ਜਾਂਦੇ ਨੇ। ਜਿਵੇਂ ਕਿ ਚਰਚ ਦੇ ਲੋਕ ਵੀ ਸਾਡੀ ਇਸ ਕੰਮ ਵਿੱਚ ਸਹਾਇਤਾ ਕਰਦੇ ਨੇ, ਮਦਦ ਕਰਦੇ, ਕਾਫੀ ਲੋਕ ਕੰਬਲ ਲਿਆ ਕੇ ਦੇ ਦਿੰਦੇ ਨੇ, ਤੇ ਇਸ ਸਾਲ ਵੀ ਇੱਕ ਬ੍ਰਦਰ ਤਰਸੇਵ ਨੇ ਉਹਨਾਂ ਨੇ ਵੀ ਸਾਨੂੰ ਕੁਝ ਕੰਬਲ ਜਿਹੜੇ ਕਿ ਵੰਡਣ ਵਾਸਤੇ ਲਿਆ ਕੇ ਦਿੱਤੇ। ਉਹਨਾਂ ਨੇ ਦੱਸਿਆ ਕਿ ਮੇਰੇ ਕੋਲ ਸਮੇਂ ਘੱਟ ਹੈ, ਮੈਂ ਤੁਹਾਡੀ ਡਿਊਟੀ ਵਿੱਚ ਬਿਜ਼ੀ ਹਾਂ, ਤੁਸੀਂ ਮੇਰੇ ਵੱਲੋਂ ਇਹ ਕੰਬਲ ਜੜੇ ਕਿ ਜਦੋਂ ਤੁਸੀਂ ਪ੍ਰੇ ਟਾਵਰ 'ਚ ਵੰਡਦੇ ਹੋ ਤੁਸੀਂ ਜ਼ਰੂਰਤਮੰਦਾਂ ਨੂੰ ਵੰਡ ਦੇਣਾ। ਇਹ ਵੀ ਚੰਗੀ ਗੱਲ ਹੈ। ਜੇਕਰ ਤੁਹਾਡੇ ਕੋਲ ਖੁਦ ਉਹ ਸਮੇਂ ਨਹੀਂ ਹੈ, ਤੁਸੀਂ ਸਾਡੇ ਸੇਵਾਦਾਰ ਦੀ ਸਾਡੀ ਡਿਊਟੀ ਲਗਾ ਸਕਦੇ ਹੋ, ਤੁਸੀਂ ਮੇਰੇ ਵੱਲੋਂ ਇਹ ਦੂਸਰਿਆਂ ਦੀ ਮਦਦ ਕਰ ਸਕਦੇ ਹੋ, ਪਰ ਇਹ ਸਾਰਾ ਕੁਝ ਪਰਮੇਸ਼ਰ ਦੀ ਮਹਿਮਾ ਦੇ ਲਈ, ਕੋਈ ਸਵਾਰਥ ਰੱਖ ਕੇ ਨਹੀਂ ਕਰਨਾ ਕਿ ਮੈਂ ਕਿਸੇ ਦੀ ਸਹਾਇਤਾ ਕਰਾਂਗਾ ਤੇ ਉਹਨਾਂ ਉੱਤੇ ਮੇਰਾ ਪ੍ਰਭਾਵ ਪੈ ਜਾਏਗਾ, ਉਹ ਮੇਰੇ ਅੰਡਰ ਵਿੱਚ ਚੱਲਣ।
अगर पीछे मेरा आदर कर इस प्रकार का कोई भी स्वार्थ है तो प्रभु की आशीष से रोक सकता है। इस तरीके का कोई भी स्वार्थ प्रभु की बरकत है तो तुम रोक सकता है। जो तुम सच्चे दिल नाल इस काम नो करोगे तो परमेश्वर वाकई तुम्हें बड़ी बरकत देगा। पंजवा काम तुम की कर सकते हो अपने घर विजिट छोटी मीटिंग बुला जिम्मे की असि पहली दिसंबर तो अनाउंस करना शुरू कर दें। काफी घर जी विजिट टीम गई जिंदर कमेटी के मैंबर जूनियर कमेटी के मैंबर और वॉलंटियर्स भी वर्शिप टीम भी मैंबर होंगे ने। विजिट में जो जाते हैं एक दो लोग जाते हैं तो जो मीटिंग में जाते हैं तो चार पांच छह लोग भी जाते हैं जिमें कि वर्शिप टीम का भी एक दो मैंबर होता है। इस साल असं छोटी मीटिंग से ज्यादा की है। ਵੱਡੀ ਮੀਟਿੰਗਾਂ ਵਿੱਚ ਲੋਕ ਕੀ ਕਰਦੇ ਸੀ ਕਿ ਜਿਹੜੇ ਖਰਚਾ ਜ਼ਿਆਦਾ ਕਰ ਪੈਂਦੇ ਸੀ ਪਰ ਪ੍ਰਭੂ ਦੀ ਮਹਿਮਾ ਉਹਦੇ ਵਿੱਚ ਘੱਟ ਕਰ ਪਾਉਂਦੇ ਸੀ। ਸੋ ਇਸ ਤਰੀਕੇ ਨਾਲ ਤੁਸੀਂ ਸਾਡੀ ਐਸ ਪੀ ਡੀ ਦੀ ਟੀਮ ਨੂੰ ਵੀ ਬੁਲਾ ਸਕਦੇ ਹੋ। ਉਹਦੇ ਲਈ ਤੁਹਾਨੂੰ ਕੋਈ ਖਰਚਾ ਕੋਈ ਫੀਸ ਨਹੀਂ ਦੇਣਾ। ਪਰ ਪ੍ਰੇਟ ਆਵਦੇ ਏਦਾਂ ਦੇ ਕੁਛ ਲੋਕ ਹੈ ਜਿਹੜੇ ਏਦਾਂ ਨਹੀਂ ਕਰਦੇ ਉਹ ਪਤਾ ਨਹੀਂ ਕਿਉਂ ਨਹੀਂ ਕਰਦੇ। ਕੋਈ ਅਸੀਂ ਅਨਾਊਂਸ ਕਰਦੇ ਹਾਂ ਕਾਫੀ ਏਦਾਂ ਦੇ ਲੋਕ ਹੈ ਕਾਫੀ ਏਦਾਂ ਦੇ ਪਰਿਵਾਰ ਚ ਨਾ ਤਾਂ ਮੀਟਿੰਗ ਕਰਵਾਉਂਦੇ ਨਾ ਹੀ ਵਿਜ਼ਿਟ ਕਰਵਾਉਂਦੇ। ਪ੍ਰਭੂ ਦੇ ਲੋਕੋ ਹੈ ਤੁਹਾਡੇ ਕੋਲ ਮੌਕਾ ਹੈ ਅਫਸਰ ਹੈ ਨਹੀਂ ਤਾਂ ਇੱਕ ਦਿਨ ਤੁਹਾਡੇ ਕੋਲ ਹਿਸਾਬ ਕਿਤਾਬ ਲਿੱਤਾ ਜਾਵੇ। ਨਹੀਂ ਤਾਂ ਏਦਾਂ ਸਮਾਂ ਆਏਗਾ ਕਿ ਪਰਮੇਸ਼ਰ ਤੁਹਾਨੂੰ ਕਹੇਗਾ ਕਿ ਮੇਰੇ ਸੇਵਕ ਲੋਕ ਅਨਾਊਂਸ ਕਰਦੇ ਸੀ ਤੁਸੀਂ ਕਦੀ ਉਹਨਾਂ ਨੂੰ ਘਰ ਨਹੀਂ ਬੁਲਾਇਆ ਕਦੀ ਆਪਣੇ ਘਰ ਵਿਜ਼ਿਟ ਨਹੀਂ ਕਰਾਈ ਕਦੀ ਆਪਣੇ ਘਰ ਮੀਟਿੰਗ ਨਹੀਂ ਕਰਵਾਈ। काफी लोग ऐसा ना कर दी होन कि उनको पैसे वाले बहुत है या पढ़े लिखे होन इस तरीके ना ऐसा ना कर दे होन। याद रखना ना तोड़ा पैसा ना तोड़ा शरीर ना तोड़ी पढ़ाई लाई लिखाई ना तोड़ी योग्यता तुम्हें बचा नहीं पावेगी। याद रखो ये काम आएगी तो परमेश्वर की भक्ति परमेश्वर के लिए जो कुछ किया गया उयो काम आएगा। ਜਦੋਂ ਤੁਸੀਂ ਸਾਡੀ ਵਿਜ਼ਿਟ ਟੀਮ ਨੂੰ ਬੁਲਾਉਂਦੇ ਹੋ ਮੀਟਿੰਗ ਟੀਮ ਨੂੰ ਬੁਲਾਉਂਦੇ ਹੋ ਉਹਦੇ ਵਿੱਚ ਕੀ ਕਰਨਾ ਤੁਸੀਂ ਆਸ ਪੜੋਸ ਦੇ ਆਪਣੇ 10 20 50 100 ਲੋਕਾਂ ਨੂੰ ਬੁਲਾ ਸਕਦੇ ਹੋ ਉਹਨਾਂ ਦਾ ਚਾਹ ਪਾਣੀ ਕਰ ਸਕਦੇ ਹੋ। ਇਸ ਬਹਾਨੇ ਉਹਨਾਂ ਲੋਕਾਂ ਤੱਕ ਪਰਮੇਸ਼ਰ ਦਾ ਵਚਨ ਪਹੁੰਚੇਗਾ। ਸੋ ਉਹਦੇ ਵਿੱਚ ਕੋਸ਼ਿਸ਼ ਕਰੋ ਚਰਚ ਦੇ ਲੋਕਾਂ ਨੂੰ ਨਾ ਬੁਲਾਓ ਤੇ ਅੰਨੇ ਜਾਤੀ ਲੋਕਾਂ ਨੂੰ ਜ਼ਿਆਦਾ ਬੁਲਾਓ। ਜਿਵੇਂ ਕਿ ਲਗਭਗ 5 ਦਸੰਬਰ ਤੋਂ ਇਹ ਮੀਟਿੰਗਸ ਔਰ ਵਿਜ਼ਿਟ ਚੱਲ ਰਹੀਆਂ ਨੇ। ਸੋ ਸਾਡੀ ਸੀਨੀਅਰ ਕਮੇਟੀ ਜੂਨੀਅਰ ਕਮੇਟੀ ਔਰ ਵਲੰਟੀਅਰਸ ਔਰ ਵਰਸ਼ਿਪ ਟੀਮ ਕਿੰਨੀ ਮਿਹਨਤ ਕਰਕੇ ਲੋਕਾਂ ਦੇ ਘਰ ਵਿੱਚ ਸਮੇਂ ਤੇ ਜਾ ਰਹੀ ਹੈ ਪਰ ਉਹਨਾਂ ਲੋਕਾਂ ਦੇ ਘਰਾਂ ਵਿੱਚ ਜਾਂਦੀ ਜਿਨ੍ਹਾਂ ਨੇ ਆਪਣੇ ਨਾਮਾਂ ਨੂੰ ਲਿਖਵਾਇਆ ਹੈ। ਜਿਨ੍ਹਾਂ ਦੇ ਨਾਮ ਹਜੇ ਪੈਂਡਿੰਗ ਰਹਿ ਗਏ ਨੇ ਉਹਨਾਂ ਦੀ ਵਿਜ਼ਿਟ ਜਿਹੜੀ ਹੈ 2-3 ਦਿਨ ਜਿਵੇਂ ਰਹਿੰਦੇ ਨੇ ਉਹਨਾਂ ਦੀ ਵੀ ਕੰਪਲੀਟ ਹੋ ਜਾਵੇਗੀ। ਸੋ ਇਸ ਬਹਾਨੇ ਜਿਹੜੇ ਲੋਕਾਂ ਨੂੰ ਤੁਸੀਂ ਇਸ ਮੀਟਿੰਗ ਬਾਰੇ ਵਿਜ਼ਿਟ ਬਾਰੇ ਅਨਾਊਂਸ ਕਰੋਗੇ ਲੋਕਾਂ ਨੂੰ ਆਪਣੇ ਘਰਾਂ 'ਚ ਬੁਲਾਓਗੇ ਉਹਨਾਂ ਨਾਲ ਤੁਹਾਡਾ ਪ੍ਰੇਮ ਵਧੇਗਾ ਔਰ ਪਰਮੇਸ਼ੁਰ ਦਾ ਵਚਨ ਵੀ ਉਹਨਾਂ ਤੱਕ ਪਹੁੰਚੇਗਾ। ਹਾਂ ਵੈਸੇ ਇਸ ਤਰੀਕੇ ਦੀ ਮੀਟਿੰਗਾਂ ਤੁਸੀਂ ਸਾਰਾ ਸਾਲ ਕਦੇ ਵੀ ਕਰਵਾ ਸਕਦੇ ਹੋ। ਕਦੇ ਵੀ ਪਰਮੇਸ਼ੁਰ ਦੇ ਸੇਵਕਾਂ ਨੂੰ ਚਰਚ ਦੀ ਟੀਮ ਨੂੰ ਕਦੇ ਵੀ ਤੁਸੀਂ ਬੁਲਾ ਸਕਦੇ ਹੋ। ਯਾਦ ਰੱਖੋ ਜਦੋਂ ਤੁਸੀਂ ਪਰਮੇਸ਼ੁਰ ਦੇ ਸੇਵਕਾਂ ਦੀ ਟੀਮ ਨੂੰ ਆਪਣੇ ਘਰ ਵਿੱਚ ਬੁਲਾਉਂਦੇ ਹੋ ਤੇ ਪਰਮੇਸ਼ੁਰ ਨੂੰ ਬੜਾ ਚੰਗਾ ਲੱਗਦਾ। ਜਿਵੇਂ ਕਿ ਯਹੂਨਾ 13 ਦੇ ਆਏ ਉਹਦੀ 20 ਆਇਤ ਵਿੱਚ ਲਿਖਿਆ, ਮੈਂ ਤੁਮਸੇ ਸੱਚ ਸੱਚ ਕਹਿਤਾ ਹੂੰ ਕਿ ਜੋ ਮੇਰੇ ਭੇਜੇ ਹੋਵੋਂ ਕੋ ਗ੍ਰਹਿਣ ਨਹੀਂ ਕਰਤਾ ਹੈ ਵਹ ਮੁਝੇ ਗ੍ਰਹਿਣ ਜੋ ਗ੍ਰਹਿਣ ਕਰਤਾ ਹੈ ਭੇਜੇ ਹੋਵੋਂ ਕੋ ਗ੍ਰਹਿਣ ਕਰਤਾ ਹੈ ਵਹ ਮੁਝੇ ਗ੍ਰਹਿਣ ਕਰਤਾ ਹੈ ਔਰ ਜੋ ਮੁਝੇ ਗ੍ਰਹਿਣ ਕਰਤਾ ਹੈ ਵਹ ਮੇਰੇ ਭੇਜਣੇ ਵਾਲੇ ਕੋ ਗ੍ਰਹਿਣ ਕਰਤਾ ਹੈ।
देखो प्रभु यीशु ने की किया, तुमसे सच सच मैं तुम्हें सच सच आखदा जो मेरे भेजा हुआ कबूल करता है वह मैनू कबूल करता है, जो मैनू कबूल करता है वह मेरे भेजने वाले पिता परमेश्वर ग्रहण करता है। वैसे भी तुहाडे घर में जो सेवादारी टीम भी आती है कबूल करते हो, उन्होंने आदर करते हो, उन्होंने सेवा करते हो, परमेश्वर का समझ के उन्होंने ग्रहण करते हो, परमेश्वर वैसे ही बड़ा चंगा लगता है, सेवा के बदले परमेश्वर तुम्हें बड़ा फल देगा। पर जो भी मीटिंग करवानी है, विजिट करवानी है, सेवका को बुला के अपने घर की सहमति नाल करवानी है, या किसी के दबाव में आके या कुड़ कुड़ा के नहीं करना। यह भी इन दिनों में काम तुसी कर सकते हो। सो हुण जिवें 20 तरीक हो चुकी है, बहुत समा बीत चुका है। सो अगले समय कोशिश करूंगा कि 20 की क्रिसमस के महीने तो यानी कि दिसंबर के महीने तो पहले ही मैं वचन दवांगा, पहले संडे ने वचन दवांगा, ताकि तुहानू पूरा दिसंबर महीना काम करने मिल जाए। सो वैसे हर साल क्रिसमस तो एक संडे पहला मैं वचन देना वा। सो तुसीं इदां कर सकदे हो, प्रेट आवर दी विजिट टीम नू बुला सकदे हो, मीटिंग टीम नू बुला सकदे हो, कोई खर्चा फीस तां हुंदी नहीं। हाँ, तुसीं अपनी श्रद्धा समान जो सेवा भाव है तुहाडी, तुसीं दान पात्र दे विच पाण लई उन्हां नू कुछ दे सकदे हो। ਉਹਨਾਂ ਤੁਸੀਂ ਕਹਿ ਸਕਦੇ ਹੋ ਸਾਡੇ ਵੱਲੋਂ ਆਫਰਿੰਗ ਹੈ, ਤੁਸੀਂ ਜਾ ਕੇ ਦਾਨ ਪਾਤਰ ਵਿੱਚ ਪਾ ਸਕਦੇ ਹੋ। ਜਿੰਨਾ ਵੀ ਤੁਸੀਂ ਸੇਵਾਦਾਰ ਨੂੰ ਆਫਰਿੰਗ ਦਿੰਦੇ ਹੋ ਆ ਕੇ ਦਾਨ ਪਾਤਰ ਦੇ ਵਿੱਚ ਪਾ ਦਿੰਦੇ ਹੋ। ਸੋ ਇਹ ਪੰਜਵਾਂ ਕੰਮ ਤੁਸੀਂ ਕਰ ਸਕਦੇ ਹੋ। ਹੁਣ ਛੇਵਾਂ ਕੰਮ ਤੁਸੀਂ ਕੀ ਕਰ ਸਕਦੇ ਹੋ? ਪ੍ਰੇਅਰ ਟਾਵਰ ਦੇ ਵਿੱਚ ਆ ਕੇ ਤੁਸੀਂ ਸੇਵਾ ਕਰ ਸਕਦੇ ਹੋ। देखो प्रभु यीशु के जन्मदिन के महीने में या क्रिसमस तो पहला तुसी प्रभु के घर में आके सेवा तो कर सकते हो। प्रेटावा दे विच पहले ही सेवावां चलदी आ रही, जिवें कि साफ सफाई की सेवा हो सकती है, सारे प्रेटावा की साफ सफाई हो सकती है। और इस बार वैसे प्रेटा विच काम चल रहा है, तो उनकी सेवावां भी हो सकती है साफ सफाई। तुसी प्रेटा विच आके प्रार्थना की सेवा भी कर सकते हो, इधर बैठ के घंटा दो घंटा तीन घंटा बैठ के प्रार्थना कर सकते हो। सो प्रे टावर दे चल रहे काम लई, बीमारा दे लई और क्रिसमस दे महीने में जड़ा की है सारा कुछ आप करते हैं, प्रोग्राम करते हैं, उस मीटिंग लई तुसी प्रार्थना कर सकते हो। प्रे टावर दे विच आके भी तुसी प्रार्थना कर सकते हो, घर विच बैठे भी कर सकते हो। ਸਾਡੀ ਜਿਹੜੀ ਵਿਜ਼ਿਟ ਟੀਮ ਲੋਕਾਂ ਦੇ ਘਰਾਂ ਵਿੱਚ ਜਾਂਦੀ, ਤੁਸੀਂ ਉਹਨਾਂ ਦੇ ਨਾਲ ਮਿਲ ਕੇ ਜਾ ਸਕਦੇ ਹੋ। ਤੁਹਾਨੂੰ ਪੁੱਛਣਾ ਹੈ ਕਿ ਮੇਰੇ ਲਈ ਕੋਈ ਸੇਵਾ ਦੱਸ। ਸਾਡੀ ਮੀਟਿੰਗ ਟੀਮ ਜਾਂਦੀ ਹੈ, ਉਹਨਾਂ ਦੇ ਨਾਲ ਤੁਸੀਂ ਰਲ ਕੇ ਜਾ ਸਕਦੇ ਹੋ। ਜੇਕਰ ਤੁਹਾਡੇ ਕੋਲ ਗਾਣ ਵਜਾਉਣ ਦਾ ਗਿਫਟ ਹੈ, ਤੁਸੀਂ ਉਹਨਾਂ ਦੇ ਨਾਲ ਮਿਲ ਕੇ ਵੀ ਜਾ ਸਕਦੇ ਹੋ। ਤੁਹਾਡੇ ਕੋਲ ਗੱਡੀ ਹੈ, ਬਾਈਕ ਹੈ, ਤੁਸੀਂ ਉਹਨਾਂ ਦੇ ਨਾਲ ਵੀ ਇਸ ਆਪਣੀ ਬਾਈਕ ਗੱਡੀ ਦਾ ਇਸਤੇਮਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਲੰਗਰ ਸੇਵਾ ਵੀ ਕਰ ਸਕਦੇ ਹੋ, ਜਿਵੇਂ ਕਿ ਆਰਥਿਕ ਸਹਾਇਤਾ ਤੁਸੀਂ ਉਹਦੇ ਵਿੱਚ ਪਾ ਸਕਦੇ ਹੋ। ਹਰ ਸਾਲ ਦੀ ਤਰ੍ਹਾਂ ਕ੍ਰਿਸਮਸ ਤੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਤੇ ਉਸ ਹਰ ਜਿਹੜਾ ਕਿ ਲੰਗਰ ਹਰ ਸਾਲ ਹੁੰਦਾ ਹੈ, ਇਸ ਸਾਲ ਵੀ ਹੋਏਗਾ। ਤੁਸੀਂ ਪ੍ਰੇ ਟਾਵਰ ਜਾ ਕੇ ਦਾਨ ਪਾਤਰ ਦੇ ਵਿੱਚ ਉਹਦੇ ਲਈ ਕੁਛ ਮਦਦ ਪਾ ਸਕਦੇ ਹੋ। ਲੰਗਰ ਲਈ ਤੁਸੀਂ ਰਾਸ਼ਨ ਵੀ ਲਿਆ ਸਕਦੇ ਹੋ, ਸਬਜ਼ੀਆਂ ਲਿਆ ਸਕਦੇ ਹੋ। अपनी इच्छा के नाल खुशी दे नाल सारा कुछ यह भी प्रे टावर में आके सेवा इदा कर सकते हो। इसके अलावा 25 दिसंबर तुम वॉलंटियर की सेवा भी कर सकते हो, पर उसके लिए पहले तुम आके दसना है कि तुम किस तरीके की सेवा कर सकते हो। 25 दिसंबर लंगर वंडन की सेवा कर सकते या कितनी एक्टिविटीज होर होंगी उनके भाग ले सकते। पर याद रखना सारा कुछ परमेश्वर की महिमा लिए होना चाहिए। जेकर किसी भी किस्म की सेवा के अंदर जो आप प्रेटावर दे करते हो, जेकर किसी भी किस्म
ਕਿਸਮ ਦੀ ਸੇਵਾ ਤੁਸੀਂ ਪ੍ਰੇ ਟਾਵਰ ਵਿੱਚ ਜਾਂ ਆਪਣੇ ਘਰਾਂ ਵਿੱਚ ਬੈਠੇ ਕਰਦੇ ਹੋ ਜੇਕਰ ਕਿਸੇ ਵੀ ਸੇਵਾ ਦੇ ਵਿੱਚ ਤੁਸੀਂ ਆਪਣਾ ਕੋਈ ਵੀ ਸਵਾਰਥ ਰੱਖਿਆ ਜੇਕਰ ਕੋਈ ਲੜਕਾ ਸੋਚੇ ਮੈਂ ਪ੍ਰੇ ਟਾਵਰ ਵਿੱਚ ਜਾਵਾਂਗਾ ਉੱਥੇ ਸੇਵਾ ਕਰੂੰਗਾ ਉੱਥੇ ਲੜਕੀਆਂ ਹੋਣਗੀਆਂ ਮੈਂ ਲੜਕੀਆਂ ਨੂੰ ਦੇਖਾਂਗਾ या कोई लड़की इस तरीके ना सेवा करे कि मैं उठे जाके लड़कियां नु देखांगी दोस्त को देखूंगी मैं उठे जाके अपने दोस्त नु देखांगी आशीष के बजाय सजा पाओ तुसी परमेश्वर तो आशीष के बदले सजा पाओ जो कुछ भी प्रभु के लिए करना सो जो कुछ भी परमेश्वर लिए करना है निस्वार्थ हो दयालु देना कृपालु परमेश्वर महान परमेश्वर जिंदे ते खुश हो जांदा उंदे लई सारा कुछ देने लई तैयार हो जांदा ओ ते कहंदा है कि मैनू परख के देखो मैं कितना भला हां ओ कहंदा मैनू परख के देखो कि मैं तुहाडे लई अपरंपार आशीषां दी वर्षा करदा कि नहीं ਸੇਵਾ ਕੰਮ ਹੈ ਕਿ ਤੁਸੀਂ ਕਿਸੇ ਵੀ ਤਰੀਕੇ ਦੀ ਸੇਵਾ ਕਰ ਸਕਦੇ ਹੋ ਪ੍ਰੇਟਾ ਵਿੱਚ ਆ ਕੇ ਕਰ ਸਕਦੇ ਹੋ ਤੁਹਾਡੇ ਕੋਈ ਇੱਕ ਦਿਨ ਦੋ ਘੰਟੇ ਚਾਰ ਘੰਟੇ ਖਾ ਲਈਏ ਤੁਸੀਂ ਆ ਕੇ ਪ੍ਰਭੂ ਦੇ ਘਰ ਵਿੱਚ ਪੁੱਟ ਸਕਦੇ ਹੋ ਸੇਵਾ ਕਰ ਸਕਦੇ ਹੋ ਚਾਹੇ ਤੁਸੀਂ ਪ੍ਰੇਟਾ ਦੇ ਸੇਵਾਦਾਰ ਹੋ ਚਾਹੇ ਵਿਸ਼ਵਾਸੀ ਹੋ ਕੋਈ ਵੀ ਆ ਸਕਦੇ ਹੋ ਸਾਡਾ ਸਟਾਫ ਹੈ ਜਿਹੜੀ ਬੜੀ ਸਾਡੀ ਮਿਹਨਤ ਨਾਲ ਇੱਥੇ ਕੰਮ ਕਰਦਾ ਹੈ ਸੇਵਾ ਕਰਦਾ ਔਰ ਸਾਡੇ ਜਿੰਨੇ ਵੀ ਸੇਵਾਦਾਰ ਨੇ ਉਹ ਵੀ ਬੜੀ ਮਿਹਨਤ ਦੇ ਨਾਲ ਕੰਮ ਕਰਦੇ ਨੇ ਪਰ ਤੁਹਾਡੇ ਵਿੱਚੋਂ ਜਿਹੜੇ ਪ੍ਰੇਟਾ ਦੇ ਵਿਸ਼ਵਾਸੀ ਲੋਕ ਸੁਣਦੇ ਅਗਰ ਤੁਹਾਡੇ ਵਿੱਚੋਂ ਕਿਸੇ ਨੂੰ ਪ੍ਰਭੂ ਦਾ ਆਤਮਾ ਕਹਿੰਦਾ ਤੁਹਾਡੇ ਵਿੱਚੋਂ ਵੀ ਕੋਈ ਆ ਕੇ ਸੇਵਾ ਕਰ ਸਕਦਾ ਪਰ ਬਿਨਾਂ ਸਵਾਰਥ ਤੋਂ ਬਿਨਾਂ ਘਮੰਡ ਦੇ ਜੇਕਰ ਤੁਸੀਂ ਖੁਦਾਵੰਦ ਲਈ ਕੁਛ ਕੀਤਾ ਹੈ ਉਸ ਤੋਂ ਬਾਅਦ ਘਮੰਡ ਕਰਦੇ ਹੋ आप आशीष ਦੇ ਬਦਲੇ ਫਿਰ ਸਜ਼ਾ ਪਾਓ ਪ੍ਰਭੂ ਦੇ ਲਈ ਤੁਸੀਂ ਕਰ ਵੀ ਕੀ ਸਕਦੇ ਜਿਹਨੇ ਸਾਨੂੰ ਜਨਮ ਦਿੱਤਾ ਜ਼ਿੰਦਗੀ ਦਿੱਤੀ ਤੇ ਅੱਜ ਤੱਕ ਸੰਭਾਲ ਕੇ ਰੱਖਿਆ ਉਹਦੇ ਲਈ ਜਿੰਨਾ ਮਰਜ਼ੀ ਕੁਛ ਕਰ ਲਓ ਉਹ ਵੀ ਘੱਟ ਹੈ ਫਿਰ ਵੀ ਮੈਂ ਤੁਹਾਨੂੰ 6-7 ਪੁਆਇੰਟ ਦੱਸੀ ਇਹਨਾਂ ਤੇ ਤੁਸੀਂ ਗੌਰ ਕਰਨਾ ਹੈ ਮੈਂ ਦੂਸਰੇ ਹਿੱਸੇ ਵਿੱਚ ਜਾਣਾ ਵਾਂ ਕਿ ਇਹਨਾਂ ਦਿਨਾਂ ਵਿੱਚ ਕੀ ਕਰਨ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਤੇ ਕੁਛ ਗੱਲਾਂ ਮੈਂ ਇੱਦਾਂ ਹੀ ਦੱਸਾਂਗਾ ਜਿਨ੍ਹਾਂ ਤੁਹਾਨੂੰ ਪਰਹੇਜ਼ ਵੀ ਕਰਨਾ ਕਾਫੀ ਮਸੀਹ ਲੋਕ ਇਹਨਾਂ ਦਿਨਾਂ ਵਿੱਚ ਇੱਦਾਂ ਦਾ ਕੰਮ ਕਰ ਬੈਠਦੇ ਜਿਹੜਾ ਕਿ ਪ੍ਰਭੂ ਨੂੰ ਚੰਗਾ ਨਹੀਂ ਲੱਗਦਾ ਮੈਂ ਤੁਹਾਨੂੰ ਦੱਸ ਕੇ ਚੱਲਾਂ ਕੁਛ ਪੁਆਇੰਟ ਧਿਆਨ ਨਾਲ ਸਿੱਖਦੇ ਜਾਓ ਪ੍ਰਭੂ ਯਿਸੂ ਮਸੀਹ ਦੇ ਇਸ ਜਨਮ ਦੇ ਮਹੀਨੇ ਵਿੱਚ ਇਸ ਸ਼ੁਭ ਅਵਸਰ ਤੇ ਸਾਨੂੰ ਤੈਸ਼ ਵਿੱਚ ਆ ਕੇ ਕਿਸੇ ਧਰਮ ਕਿਸੇ ਜਾਤੀ ਕਿਸੇ ਗੁਰੂ ਬਾਰੇ ਕੁਛ ਖਿਲਾਫ ਨਹੀਂ ਬੋਲਣਾ ਚਾਹੀਦਾ ਕਈ ਵਾਰ ਕੁਛ ਆਤਮਾ ਵਿੱਚ ਘੱਟ ਚੱਲਣ ਵਾਲੇ ਵਿਸ਼ਵਾਸੀ ਵੀ ਇੱਦਾਂ ਦੀ ਗਲਤੀਆਂ ਕਰ ਜਾਂਦੇ ਨੇ ਜਦੋਂ ਇਸ ਉਪਲਕਸ਼ ਤੇ ਕੋਈ ਫੰਕਸ਼ਨ ਕਰਦੇ ਜਾਂ ਕੋਈ ਮੀਟਿੰਗ ਕਰਦੇ ਜਾਂ ਕੋਈ ਸਭਾ ਕਰਦੇ ਆ ਤੈਸ਼ ਵਿੱਚ ਆ ਕੇ ਕੁਛ ਨਾ ਕੁਛ ਆਪਣੇ ਮੁੱਖ ਤੋਂ ਇੱਦਾਂ ਦੇ ਸ਼ਬਦ ਬੋਲ ਜਾਂਦੇ ਨੇ ਕਿ ਸਾਡਾ ਹੀ ਪ੍ਰਭੂ ਵੱਡਾ ਹੈ ਤੁਹਾਡੇ ਤਾਂ ਸਾਰੇ ਛੋਟੇ ਹੈ ਤੁਹਾਡੇ ਤਾਂ ਸਾਰੇ ਠੀਕ ਨਹੀਂ ਹੈ ਤੁਹਾਡੇ ਤਾਂ ਸਾਰੇ ਮਾੜੇ ਨੇ ਹਾਂ ਤੁਸੀਂ ਆਪਣੇ ਪਰਮੇਸ਼ਰ ਦੀ ਮਹਿਮਾ ਜਿੰਨੀ ਮਰਜ਼ੀ ਕਰੋ ਪ੍ਰਭੂ ਨੂੰ ਜਿੰਨਾ ਮਰਜ਼ੀ ਤੁਸੀਂ ਵੱਡਾ ਕਰੋ ਪਰ ਤੁਹਾਨੂੰ ਦੂਸਰਿਆਂ ਦੇ ਧਰਮ ਦੇ ਨਾਲ ਜਾਤੀ ਦੇ ਨਾਲ ਗੁਰੂਆਂ ਦੇ ਨਾਲ ਕੀ ਮਤਲਬ ਦੂਸਰਾ ਦਾ ਨਿਆਂ ਕਰਨ ਵਾਲੇ ਕੌਣ ਉਹਨਾਂ ਦਾ ਨਿਆਂ ਕਰਨਾ ਪਰਮੇਸ਼ਵਰ ਦਾ ਕੰਮ ਤੁਸੀਂ ਸਿਰਫ ਆਪਣੇ ਪਰਮੇਸ਼ਵਰ ਦੀ ਵਡਿਆਈ ਕਰੋ ਤੇ ਤੈਸ਼ ਵਿੱਚ ਆ ਕੇ ਜੋਸ਼ ਵਿੱਚ ਆ ਕੇ ਇੱਦਾਂ ਕੁਛ ਵੀ ਨਾ ਕਰੋ ਕਈ ਵਾਰ ਕੁਛ ਲੋਕਾਂ ਦੀ ਖੁਸ਼ੀਆਂ ਜਿਹੜੀਆਂ ਹੁੰਦੀਆਂ ਗਮ ਦੇ ਵਿੱਚ ਬਦਲ ਜਾਂਦੀਆਂ ਉਹਨਾਂ ਦਾ ਆਸ ਪੜੋਸ ਦੇ ਨਾਲ ਝਗੜਾ ਹੋ ਜਾਂਦਾ ਗਲੀ ਮੁਹੱਲੇ ਦੇ ਨਾਲ ਝਗੜਾ ਹੋ ਜਾਂਦਾ ਕਈ ਵਾਰ ਲੋਕ ਆਸ ਪੜੋਸ ਦੇ ਨਾਲ ਝਗੜਾ ਕਰ ਬੈਠਦੇ ਆ ਗਾਲੀ ਗਲੋਚ ਕਰਨ ਲੱਗ ਜਾਂਦੇ ਵੈਸੇ ਚੰਗੇ ਜਿਹੜੇ ਮਸੀਹ ਦੇ ਲੋਕ ਹੁੰਦੇ ਨੇ ਉਹ ਇੱਦਾਂ ਨਹੀਂ ਕਰਦੇ ਕਿੰਨੇ ਸਾਡੇ ਪ੍ਰੇਟਾ ਵਿੱਚ ਚੰਗੇ ਵਿਸ਼ਵਾਸੀ ਲੋਕ ਹੈ ਜਿਨ੍ਹਾਂ ਦੀ ਕਦੇ ਵੀ ਕੋਈ ਕੰਪਲੇਂਟ ਨਹੀਂ ਮਿਲੀ ਉਹਨਾਂ ਦੇ ਆਸ ਪੜੋਸ
उस तो पता चलता है क्योंकि वे किसी की निंदा चुगली बुराई नहीं करते। चंगा लगेगा कि तुसी किसी की बुराई ना करके अपने प्रभु की बहुत वड्याई करते हो। अपने प्रभु की वड्याई के गीत भजन गाओ, अपने घर में लगाओ, प्रभु की महिमा के गीतों के डांस करो, नहीं तो तुसी किसी के खिलाफ बोलोगे तो तुहाडी खुशियां जिहड़ियां गम विच बदल जाएंगी। सो पहला पॉइंट जिन्हां तुहानू इस दिनां विच परहेज करके चलना है, तो पूरा साल भर ही परे कदे भी किसी के खिलाफ बोलने तो बचिया करो। तुम की सोचते हो किसी के खिलाफ बोल के तुम अपने परमेश्वर को वड्डा कर सकते हो, या तुम किसी के खिलाफ बोल के तुम तो वड्डे बन जाओगे? बिल्कुल नहीं ऐसा होगा। तुम प्रभु के लोग प्रभु के लिए किसी दूसरे को जीत ही नहीं पाओगे। दूसरे नु जीतन दे लई अपने परमेश्वर दा प्रेम उन्हां नु देखो। उन्हां तो कोई पूछे कि तुहाडे पड़ोसी जिहड़े मसीह परिवार रहिंदे ने उह किद्दां दे ने, उह तुहाडे लई इदां दी गवाही देण वाले बनन कि मसीह लोग तो बहुत ही वधिया लोग ने। सो इदां दा नमूना जिहड़े अपने आस पड़ोस गली मोहल्ले च बना के रखो। दूसरा होर तुहानू की ध्यान रखना है? प्रभु यीशु मसीह ने जन्म दिहाड़े ते ए महीने भी तुहानू कोशिश करनी किसी भी तरीके का नशा नहीं करना। वैसा नशा पूरा साल भर नहीं करना, पर इन्हां गल्लां दे इन्हां दिनां दी गल मैं तुहानू क्यों कह रही हूं? कई लोग इन्हां खुशी इन्नी खुशी च भर जांदे ने कि ओह नशा कर बैठदे ने ते इधर उधर दे खिलाफ बोलना शुरू कर देते। कई कलोनिया च मैं इदा देखिया कि इन्हां दिनां दे विच ओह फिल्मी डीजे लगांदे, गीत लगांदे ते बहुत ज्यादा ओह डांस करदे, जबकि ओह मसीह गीतां ते डांस इन्हां दिनां विच नहीं करदे। परमेश्वर दे लोग कहला के परमेश्वर दे बंदे कहला के तुसी इन्हां दिनां विच मसीह गीत ना लगा के दूसरे गंदे गीत लगा के उन्हें डांस कर दे हो, ते दूसरे लोकां दे विच फिर तुहाडे विच की फर्क है? इहदे नाल तां लोग देख के कहिंदे जिवें असीं कर रहे हां उवें ही लोग वी कर रहे हैं। सो इहदे नाल तुहाडा नाम तां बदनाम होवेगा ही होवेगा, नाल दी नाल तुहाडे परमेश्वर दा नाम वी बदनाम होवेगा। ते याद रखो जदों तुहाडे जीवनां तों परमेश्वर नूं ठोकर लगेगी तां खुदावंद नूं वी परमेश्वर नूं चंगा नहीं लगेगा। कई बार कुछ लोग परमेश्वर की वड्याई करने के बजाय परमेश्वर के नाम को बदनाम कर देते हैं। पर किन्ने मसीह विश्वासी लोग ऐदा दे होंदे ने जड़े अपने जीवन तो कदे भी परमेश्वर के नाम को बदनाम नहीं करते, यानी कि किसी को ठोकर का कारण नहीं बनते। तीजा पॉइंट कि जिन्हें सानू परहेज करना चाहिए, सानू प्रभु यीशु मसीह के जन्म दिहाड़े के महीने ते सानू फजूल खर्चे तो बचना चाहिए। वैसे तो मैं तुहानू वैसे ही कहना कि पूरा साल भी फजूल खर्चे तो बचना चाहिए, पर इन्हां दिनां दी विशेष गल मैं क्यों कह रहा हूं? जवान बच्चे छोटे वड़े बच्चे अपने घर में की कहते, मम्मी पापा क्रिसमस आ रहे हैं सानू नवे कपड़े दिलवाओ, वड़े वड़े खिलौने दिलवाओ, सानू ए चीजा दिलवाओ। याद रखना ए भी शैतान की चलाकी है। सो तुहाडे अंदर इस समय जोश भर के शैतान की बड़ी चलाकी होंदी है कि तुहाडे तो वड़े खर्चेले खर्च करवा दिंदा है ते तुहानू कर्जे दे विच पा दिंदा है। दिन चले जाते हैं उस तो बाद तो गन्ना खोलता है कि हूँ तुम देख दो कि मेरे ते तो बड़ा कर्जा चढ़ गया। सो किन्ने मसीह लोग इन दिनों की करते, नवी नवी चीजा नवे नवे कपड़े खरीद के लैके आओ, महंगे महंगे कपड़े खरीद के लैके आओ।
आके याद रखो तुहाडा कपड़ा चाहे सस्ता होवे चाहे महंगा होवे तुहानू प्रभु दे नेड़े नहीं लेके जाना। जेकर तुहाडी सोच तुहाडे विचार तुहाडे काम चंगे नहीं सो प्रभु इन्हां गल्लां तों कदे खुश नहीं होएगा। सो कई विश्वासी लोग इन महीने विच कई इन्ने खर्चे कर बैठदे ने ਉਹ ਪ੍ਰਭੂ ਨੂੰ ਜਿਹੜਾ ਹਿੱਸਾ ਦਿੰਦੇ ਨੇ ਦਸਵਾਂਸ਼ ਦਿੰਦੇ ਨੇ ਉਹ ਵੀ ਇਹਨਾਂ ਦਿਨਾਂ ਵਿੱਚ ਦਿਨਾਂ ਭੁੱਲ ਜਾਂਦੇ ਨੇ ਤੇ ਉਹਨਾਂ ਨੂੰ ਬਾਅਦ ਵਿੱਚ ਪੁੱਛਿਆ ਜਾਵੇ ਅੱਧਾ ਕਿਉਂ ਜ਼ਿਆਦਾ ਖਰਚਾ ਕਰ ਲਿਆ ਜ਼ਿਆਦਾ ਡੈਕੋਰੇਸ਼ਨ ਕਰ ਲਈ ਇੰਨਾ ਖਰਚਾ ਹੋ ਗਿਆ ਕਿ ਕਰਜ਼ੇ ਦੇ ਵਿੱਚ ਪੈ ਗਏ ਇਹ ਤੁਹਾਨੂੰ ਕਿੰਨੇ ਕਿਹਾ ਸੀ ਕਿ ਤੁਸੀਂ ਪੂਰੀ ਦੀ ਪੂਰੀ ਡੈਕੋਰੇਸ਼ਨ ਕਰ ਲਿਓ ਦਿਖਾਵੇ ਦੇ ਤੌਰ ਤੇ ਜੇ ਤੁਸੀਂ ਡੈਕੋਰੇਸ਼ਨ ਕਰਦੇ ਹੋ ਤੇ ਉਹ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਤੋੜਦੇ ਹੋ। ਸੋ ਇੱਕ ਲਿਮਿਟ ਡੈਕੋਰੇਸ਼ਨ ਕਰੋ ਆਪਣੇ ਘਰ ਦੀ ਆਪਣੇ ਚਰਚ ਦੀ ਉਹਦੇ ਵਿੱਚ ਕੋਈ ਵੀ ਗੱਲ ਨਹੀਂ ਹੈ। ਦੇਖੋ ਆਟੇ ਦੇ ਵਿੱਚ ਨਮਕ ਪਾ ਕੇ ਪਰੌਂਠਾ ਬਣਾਉਣਾ ਕੋਈ ਇਹਦੇ ਵਿੱਚ ਬੁਰੀ ਗੱਲ ਨਹੀਂ ਹੈ ਪਰ ਜੇ ਤੁਸੀਂ ਨਮਕ ਦੇ ਵਿੱਚ ਹੀ ਆਟਾ ਪਾ ਕੇ ਰੋਟੀ ਬਣਾਉਣ ਦੀ ਕੋਸ਼ਿਸ਼ ਕਰੋ ਤੇ ਕੀ ਤੁਸੀਂ ਰੋਟੀ ਬਣਾ ਸਕਦੇ ਹੋ। ਮੰਨ ਲਓ ਬਹੁਤ ਸਾਰਾ ਤੁਸੀਂ ਨਮਕ ਲੈ ਲਓ ਥੋੜਾ ਜਿਹਾ ਵਿੱਚ ਆਟਾ ਪਾ ਲਿਓ ਉਹਦਾ ਤੁਸੀਂ ਪਰੌਂਠਾ ਬਣਾ ਸਕਦੇ ਹੋ ਉਹ ਬਿਲਕੁਲ ਨਹੀਂ ਬਣਾ ਸਕਦੇ। ਹਾਂ ਆਟੇ ਦੇ ਵਿੱਚ ਥੋੜਾ ਜਿਹਾ ਨਮਕ ਪਾ ਕੇ ਪਰੌਂਠਾ ਬਣਾਓ ਉਹਦੇ ਵਿੱਚ ਕੋਈ ਬੁਰੀ ਗੱਲ ਨਹੀਂ ਹੈ। ਡੈਕੋਰੇਸ਼ਨ ਕਰ ਲੈਂਦੇ ਹੋ ਥੋੜਾ ਬਹੁਤਾ ਖਰਚਾ ਕਰ ਲੈਂਦੇ ਹੋ ਜਾਂ ਤੁਹਾਡੇ ਕੋਲ ਚੰਗਾ ਕੱਪੜਾ ਨਹੀਂ ਚੰਗਾ ਕੱਪੜਾ ਖਰੀਦ ਲੈਂਦੇ ਹੋ ਉਹਦੇ ਵਿੱਚ ਕੋਈ ਬੁਰੀ ਗੱਲ ਨਹੀਂ ਹੈ। ਸੋ ਜ਼ਰੂਰੀ ਖਰਚਾ ਤਾਂ ਪਰਮੇਸ਼ਵਰ ਵੀ ਜਾਣਦਾ ਹੈ ਕਿ ਇਹਨਾਂ ਨੂੰ ਇਸ ਚੀਜ਼ ਦੀ ਜ਼ਰੂਰਤ ਹੈ ਇਹਨਾਂ ਦੇ ਬੱਚਿਆਂ ਨੂੰ ਗਰਮ ਚੀਜ਼ ਦੀ ਜ਼ਰੂਰਤ ਹੈ ਜਾਂ ਕੁਛ ਵੀ ਇੱਦਾਂ ਦੀ ਚੀਜ਼ ਦੀ ਜ਼ਰੂਰਤ ਹੈ ਪਰਮੇਸ਼ਵਰ ਜਾਣਦਾ ਹੈ। ਕਈ ਵਾਰ ਕੁਛ ਵਿਸ਼ਵਾਸੀ ਲੋਕ ਇੱਦਾਂ ਦੇ ਹੁੰਦੇ ਨੇ ਪਰਮੇਸ਼ਵਰ ਦੇ ਵਚਨ ਨੂੰ ਫੈਲਾਉਣ ਲਈ ਖਰਚਾ ਕੁਛ ਨਹੀਂ ਕਰਦੇ ਪਰ ਆਪਣੇ ਕੰਮਾਂ ਦੇ ਲਈ ਖਰਚਾ ਬਹੁਤ ਕਰਦੇ ਤੁਸੀਂ ਪਰਮੇਸ਼ਰ ਦੇ ਕੰਮ ਨੂੰ ਫੈਲਾਉਣ ਲਈ ਵਚਨ ਨੂੰ ਫੈਲਾਉਣ ਲਈ ਖਰਚਾ ਕਰੋ ਤਾਂ ਸਹੀ ਤੁਹਾਡੇ ਕੋਲ ਗੱਡੀ ਹੈ ਤੁਹਾਡੇ ਕੋਲ ਬਾਈਕ ਹੈ ਸਕੂਟਰੀ ਹੈ ਤੁਸੀਂ ਲੈ ਕੇ ਆਓ ਚਰਚ ਵਿੱਚ ਕਿ ਪਾਸਟਰ ਜੀ ਹੈ ਮੇਰੀ ਸਕੂਟਰੀ ਹੈ ਮੇਰੀ ਗੱਡੀ ਹੈ ਤੁਸੀਂ ਇਹਨੂੰ ਇਸਤੇਮਾਲ ਕਰੋ ਤੇਲ ਵੀ ਮੈਂ ਪਾ ਕੇ ਦੇਵਾਂਗਾ ਦੇਖੋ ਪਰਮੇਸ਼ਰ ਕਿੰਨੀ ਆਸ਼ੀਸ਼ ਦੇਵੇਗਾ ਉਸ ਚੀਜ਼ ਤੇ ਖਰਚਾ ਕਰੋ ਜਿਹਦੇ ਨਾਲ ਪਰਮੇਸ਼ਰ ਦੀ ਬਾਣੀ ਫੈਲੇ ਵਚਨ ਫੈਲ ਜਾਵੇ ਔਰ ਚੌਥਾ ਪੁਆਇੰਟ ਜਿਹਦੇ ਨਾਲ ਸਾਨੂੰ ਪਰਹੇਜ਼ ਕਰਨਾ ਚਾਹੀਦਾ ਪ੍ਰਭੂ ਯਿਸੂ ਮਸੀਹ ਦੇ ਇਸ ਜਨਮ ਦਿਹਾੜੇ ਤੇ ਸ਼ੁਭ ਅਵਸਰ ਤੇ ਸਾਨੂੰ ਫਿਜ਼ੂਲ ਖਰਚੀ ਤੋਂ ਔਰ ਵਚਨ ਤੋਂ ਬਾਹਰ ਜਾ ਕੇ ਕੁਛ ਵੀ ਕਰਨ ਤੋਂ ਕੋਈ ਵੀ ਕੰਮ ਕਰਨ ਤੋਂ ਡੈਕੋਰੇਸ਼ਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਯਾਨੀ ਕਿ ਫਜ਼ੂਲ ਦੇ ਦਿਖਾਵੇ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਤੇ ਜੇਕਰ ਵਚਨ ਤੋਂ ਕੋਈ ਵੀ ਬਾਹਰਲੀ ਪਰੰਪਰਾ ਹੈ ਉਹਦੇ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਤੇ ਕਾਫੀ ਮਸੀਹ ਲੋਕ ਕੀ ਕਰਦੇ ਨੇ ਪ੍ਰਭੂ ਦੇ ਜਨਮ ਦਿਨ ਦੇ ਅਸਲੀ ਮਹੱਤਵ ਨੂੰ ਤਾਂ ਭੁੱਲ ਜਾਂਦੇ ਕਿ ਪਰਮੇਸ਼ਰ ਮੇਰੇ ਲਈ ਕਿਉਂ ਆਇਆ ਦੁਨੀਆ ਲਈ ਕਿਉਂ ਆਇਆ ਮੈਂ ਗੱਲ ਨੂੰ ਭੁੱਲ ਜਾਂਦੇ ਨੇ ਕਿ ਪ੍ਰਭੂ ਮੈਨੂੰ ਮਾਫ਼ ਕਰਨ ਦੇ ਲਈ ਮੇਰੇ ਪਾਪਾਂ ਨੂੰ ਧੋਣ ਲਈ ਮੇਰੇ ਪਾਪਾਂ ਨੂੰ ਆਪਣੇ ਲਹੂ ਦੇ ਨਾਲ ਸ਼ੁੱਧ ਕਰਨ ਦੇ ਲਈ ਸੰਸਾਰ ਵਿੱਚ ਆਇਆ ਉਹ ਅਸਲੀ ਮਕਸਦ ਨੂੰ ਭੁੱਲ ਕੇ ਕਿੰਨਾ ਗੱਲਾਂ ਵਿੱਚ ਪੈ ਗਏ ਉਹ ਭੜਕੀਲੇ ਕੱਪੜਿਆਂ ਵਿੱਚ ਸਮਾਂ ਗਵਾ ਦਿੱਤਾ ਸਜਾਵਟ ਤੇ ਜ਼ਿਆਦਾ ਸਮਾਂ ਦਿਖਾ ਘਰ ਦੀ ਇੰਨੀ ਸਜਾਵਟ ਕਰਨ ਲੱਗ ਜਾਣਗੇ ਚਰਚ ਦੀ ਇੰਨੀ ਸਜਾਵਟ ਕਰਨ ਲੱਗ ਜਾਣਗੇ ਜ਼ਿਆਦਾਤਰ ਸਮਾਂ ਇਹਨਾਂ ਵਿੱਚ ਹੀ ਕੱਢ ਦਿੰਦੇ ਨੇ ਬਸ ਉਹ ਨਾ ਖੁਦ ਪ੍ਰਾਰਥਨਾ ਕਰਦੇ ਨਾ ਖੁਦ ਵਚਨ ਪੜ੍ਹਦੇ ਨਾ ਦੂਸਰਿਆਂ ਨੂੰ ਵਚਨ ਸੁਣਾਉਂਦੇ ਘੰਟੋ 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 ਦਿਖਾਵੇ ਚ ਲਗਾ ਦਿੰਦੇ ਸਜਾਵਟ ਤੇ ਲਗਾ ਦਿੰਦੇ ਦੇਖੋ ਕਿੰਨੇ ਲੋਕ ਕ੍ਰਿਸਮਸ ਟ੍ਰੀ ਜਿਹੜਾ ਕਿੰਨਾ ਮਹਿੰਗਾ ਮਹਿੰਗਾ ਖਰੀਦ ਕੇ ਲੈ ਕੇ ਆਉਂਦੇ ਆਪਣੇ ਘਰਾਂ ਵਿੱਚ ਸਜਾਉਂਦੇ ਨੇ ਸਾਨੂੰ ਵੀ ਕਾਫੀ ਸਾਲ ਪਹਿਲਾਂ ਕਿਸੇ ਨੇ ਦਿੱਤਾ ਸੀ ਅਸੀਂ ਵੀ ਰੱਖ ਦਿੰਦੇ ਹਾਂ ਉਹਨੂੰ ਨੀਚੇ ਕਿੰਨੇ ਲੋਕ ਕਦੇ ਕ੍ਰਿਸਮਸ ਟ੍ਰੀ ਲਿਆਓ ਜੀ ਉਹਨੂੰ ਸਜਾਓ ਜੀ
अपने घर के उपर जरा कि क्रिसमस स्टार लगा देते हैं। पर जिवें जिवें प्रभु दे आत्मा विच वधदे गए प्रभु दा आत्मा सच्चाई दसदा रहा वैसे वो इन्हां चीजा उत्ते खर्चा और समा किन्ना इन्हां चीजा ते लगा देते जब तक तुसी प्रभु दे वचना ते चल दे ने। ते कई लोका दे ऐसा देखा जांदा है कि उन्हां दी छोटी दी क्रिसमस स्टार मिलेगा याद रखो परमेश्वर नूं बिल्कुल भी चंगा नहीं लगेगा। जेकर तुसी वचन ते चलदे नहीं ते याद रखना इन्हां गल नूं ना तां तुहानूं क्रिसमस ट्री बचा सकदा ना क्रिसमस स्टार बचा सकदा। चाहे घर दे चार चोटियां दे चार स्टार तुसी लगा लिओ ना तुहानूं सेंटा क्लॉज बचा सकदा ना तुहानूं क्रिसमस कार्ड बचा सकदा। जब तुसी परमेश्वर दे वचन नूं पढ़दे नहीं और उस ते चलदे नहीं याद रखो है क्रिसमस ट्री होया क्रिसमस स्टार होया क्रिसमस फादर होया क्रिसमस केक होया कार्ड होया है बाइबल दे विच नहीं। हाँ तुसी जेकर परमेश्वर दे नाल बहुत ही वधिया चलदे हो तुसी केक बनाया प्रभु दे जन्मदिन दा किसे नूं दे दित्ता ते कोई बुरी गल नहीं है या मार्केट तो केक खरीद के किसे नूं गिफ्ट देता ते कोई बुरी गल नहीं है। सो इन्हां गल्लां तों सानूं परहेज करना है। सो मेरा विश्वास है कि तुसी अज दे वचन द्वारा बड़ी बरकत पाई है। जदों
ਨੂੰ ਦੱਸ ਸਕਦੇ ਹੋ ਕਿ ਪ੍ਰਭੂ ਯੀਸ਼ੂ ਮਸੀਹ ਕਿਸੇ ਧਰਮ ਜਾਤੀ ਲਈ ਨਹੀਂ ਬਲਕਿ ਸਾਰੇ ਸੰਸਾਰ ਲਈ ਪੂਰੀ ਮਾਨਵ ਜਾਤੀ ਦੇ ਲਈ ਇਸ ਸੰਸਾਰ ਵਿੱਚ ਆਏ ਜਿਵੇਂ ਕਿ ਮਤੀ 11 ਦੇ ਆਇਆਂ ਦੀ 28 ਆਇਤ ਵਿੱਚ ਇਹ ਆਇਤ ਤੁਸੀਂ ਦੂਸਰਿਆਂ ਨੂੰ ਦੱਸ ਸਕਦੇ ਹੋ ਕਿ ਇਹਦੇ ਵਿੱਚ ਕੀ ਲਿਖਿਆ ਹੋਇਆ ਹੈ ਸਭ ਥਕੇ ਔਰ ਬੋਝ ਸੇ ਦਬੇ ਹੋਏ ਲੋਗੋ ਮੇਰੇ ਪਾਸ ਆਓ ਮੈਂ ਤੁਹਾਨੂੰ ਵਿਸ਼ਰਾਮ ਦਊਂਗਾ ਦੇਖੋ ਤੁਸੀਂ ਕਹਿ ਸਕਦੇ ਪ੍ਰਭੂ ਯਸੂ ਨੇ ਖੁਦ ਕੀ ਕਿਹਾ ਸਾਰੇ ਥੱਕੇ ਹੋਏ ਲੋਕ ਪ੍ਰਭੂ ਯਸੂ ਮਸੀਹ ਸਾਰੇ ਨੂੰ ਸੱਦ ਰਹੇ ਨੇ ਨਾ ਕਿ ਈਸਾਈ ਲੋਕਾਂ ਨੂੰ ਇੱਕ ਹੋਰ ਆਏ ਤੁਸੀਂ ਯੋਹਨਾ 3:16 ਵੀ ਦੱਸ ਸਕਦੇ ਹੋ ਉਹਦੇ ਵਿੱਚ ਤੁਸੀਂ ਦੱਸ ਸਕਦੇ ਹੋ ਕਿ ਪਰਮੇਸ਼ਰ ਨੇ ਜਗ ਦੇ ਨਾਲ ਇੰਨਾ ਪ੍ਰੇਮ ਕੀਤਾ ਕਿ ਆਪਣਾ ਇੱਕ ਲੋਤਾ ਪੁੱਤਰ ਵੀ ਉਹਨੇ ਦੇ ਦਿੱਤਾ ताकि जड़ा कोई इंसान उस पे विश्वास करे वो नाश ना होए पर सदा का जीवन पावे ਤੁਸੀਂ ਕਹਿ ਸਕਦੇ ਹੋ ਕਿ ਦੇਖੋ ਪਰਮੇਸ਼ਰ ਦੇ ਵਚਨ ਵਿੱਚ ਕੀ ਲਿਖਿਆ ਕਿ ਪਰਮੇਸ਼ਰ ਨੇ ਜਗ ਦੇ ਨਾਲ ਸੰਸਾਰ ਦੇ ਨਾਲ ਪ੍ਰੇਮ ਕੀਤਾ ਇਹ ਲਿਖਿਆ ਕਿ ਪਰਮੇਸ਼ਰ ਨੇ ਈਸਾਈਆਂ ਦੇ ਨਾਲ ਹੀ ਪ੍ਰੇਮ ਕੀਤਾ ਕਿ ਅੱਗੇ ਲਿਖਿਆ ਕਿ ਜੋ ਜੜਾ ਕੋਈ ਉਹਦੇ ਤੇ ਵਿਸ਼ਵਾਸ ਕਰੇ ਚਾਹੇ ਕਿਸੇ ਵੀ ਧਰਮ ਕਿਸੇ ਵੀ ਜਾਤੀ ਦਾ ਜੜਾ ਵੀ ਕੋਈ ਉਸ ਤੇ ਵਿਸ਼ਵਾਸ ਕਰਦਾ ਹੈ ਇੱਕ ਹੋਰ ਦੱਸ ਸਕਦੇ ਯੋਹਨਾ 10 ਅਧਿਆਇ ਦੀ 10 ਆਇਤ ਵਿੱਚ ਦੱਸ ਇਹਦੇ ਵਿੱਚ ਬਚਨ ਵਿੱਚ ਲਿਖਿਆ ਪ੍ਰਭੂ ਯਸੂ ਨੇ ਆਖਿਆ ਕਿ ਮੈਂ ਇਸ ਲਈ ਆਇਆ ਕਿ ਉਹ ਜੀਵਨ ਪਾਣ ਤੇ ਬਹੁਤਾਇਤ ਦਾ ਪਾਣ ਪ੍ਰਭੂ ਯਸੂ ਨੇ ਇਹ ਨਹੀਂ ਕਿਹਾ ਕਿ ਮੈਂ ਇਸ ਲਈ ਆਇਆ ਕਿ ਲੋਕ ਆਪਣਾ ਧਰਮ ਆਪਣੀ ਜਾਤੀ ਆਪਣਾ ਨਾਮ ਬਦਲ ਲੈਣ ਸੋ ਇਹ ਵੀ ਆਇਆ ਤੁਸੀਂ ਦੂਸਰਿਆਂ ਨੂੰ ਦੱਸ ਸਕਦੇ ਹੋ ਯੋਹਨਾ 8:32 ਵੀ ਤੁਸੀਂ ਦੱਸ ਸਕਦੇ ਹੋ ਉਹਦੇ ਚ ਲਿਖਿਆ ਕਿ ਸੱਚ ਨੂੰ ਜਾਣੋਗੇ ਤਾਂ ਸੱਚ ਤੁਹਾਨੂੰ ਆਜ਼ਾਦ ਕਰੇਗਾ ਸੱਚ ਕੌਣ ਹੈ ਜਿਵੇਂ ਯੋਹਨਾ 14:6 ਵਿੱਚ ਲਿਖਿਆ ਪ੍ਰਭੂ ਯਸ਼ੂ ਮਸੀਹ ਨੇ ਕਿਹਾ ਕਿ ਰਸਤਾ ਵੀ ਮੈਂ ਵਾਂ ਤੇ ਸੱਚ ਵੀ ਮੈਂ ਤਾਂ ਜੀਵਨ ਵੀ ਮੈਂ ਵਾਂ ਇੱਕ ਪ੍ਰੇਰਿਤ ਦੇ ਕੰਮ 10 ਅਧਿਆਇ ਦੀ 35 ਆਇਤ ਵੀ ਦੱਸ ਸਕਦੇ ਹੋ ਉਹਦੇ ਵਿੱਚ ਲਿਖਿਆ ਕਿ ਪਰਮੇਸ਼ਰ ਕਿਸੇ ਨਾਲ ਵੀ ਪੱਖਪਾਤ ਨਹੀਂ ਕਰਦਾ ਪਰ ਹਰ ਜਾਤੀ ਦੇ ਵਿੱਚੋਂ ਜਿਹੜਾ ਉਸ ਤੋਂ ਡਰਦਾ ਹੈ ਤੇ ਧਰਮ ਦੇ ਕੰਮਾਂ ਨੂੰ ਕਰਦਾ ਹੈ ਉਹ ਪਰਮੇਸ਼ਰ ਨੂੰ ਪਾਉਂਦਾ ਹੈ ਦੇਖੋ ਤੁਸੀਂ ਕਹਿ ਸਕਦੇ ਪਰਮੇਸ਼ਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ ਕੋਈ ਵੀ ਜਨ ਜਿਹੜਾ ਪਰਮੇਸ਼ਰ ਤੋਂ ਡਰਦਾ ਹੈ ਤੇ ਧਰਮ ਦੇ ਕੰਮਾਂ ਨੂੰ ਕਰਦਾ ਹੈ ਪਰਮੇਸ਼ਰ ਤੋਂ ਡਰਦਾ ਹੈ ਪਰਮੇਸ਼ਰ ਤੋਂ ਉਹ ਇਨਸਾਨ ਜਿਹੜਾ ਪਾਉਂਦਾ ਹੈ ਚੰਗਾ ਲੱਗਦਾ ਹੈ ਇੱਕ ਯੋਹਨਾ ਜਿਹੜੇ ਯੋਹਨਾ ਦੀ ਕਿਤਾਬ 1:29 ਆਇਤ ਵਿੱਚ ਤੁਸੀਂ ਦੱਸ ਸਕਦੇ ਹੋ ਉਹਦੇ ਵਿੱਚ ਲਿਖਿਆ ਕਿ ਦੇਖੋ ਪਰਮੇਸ਼ਰ ਦਾ ਮੇਮਨਾ ਜਿਹੜਾ ਜਗ ਦਾ ਸੰਸਾਰ ਦਾ ਪਾਪਾਂ ਨੂੰ ਉਠਾਈ ਲਈ ਫਿਰਦਾ ਹੈ ਇਹ ਨਹੀਂ ਲਿਖਿਆ ਕਿ ਪਰਮੇਸ਼ਰ ਦਾ ਮੇਮਨਾ ਜਿਹੜਾ ਈਸਾਈ ਲੋਕਾਂ ਦੇ ਪਾਪਾਂ ਦੇ ਭਾਰਾਂ ਨੂੰ ਉਠਾ ਦਿੰਦਾ ਹੈ ਤੁਸੀਂ ਦੱਸ ਸਕਦੇ ਹੋ ਪਰਮੇਸ਼ਰ ਦਾ ਮੇਮਨਾ ਜਿਹੜੇ ਪੂਰੇ ਸੰਸਾਰ ਦੇ ਪਾਪਾਂ ਨੂੰ ਆਪਣੇ ਉੱਪਰ ਉਠਾਈ ਫਿਰਦਾ ਤੁਸੀਂ ਕਹਿ ਸਕਦੇ ਹੋ ਪਰਮੇਸ਼ਰ ਈਸਾਈਆਂ ਦੇ ਲਈ ਨਹੀਂ ਬਲਕਿ ਸਾਰਿਆਂ ਦੇ ਲਈ ਆਏ ਇੱਕ ਲੂਕਾ 2:10 ਆਇਤ ਵੀ ਦੱਸ ਸਕਦੇ ਹੋ ਉਹਦੇ ਵਿੱਚ ਸਵਰਗ ਦੂਤਾਂ ਨੇ ਗਡਰੀਆਂ ਨੂੰ ਕੀ ਕਿਹਾ ਮੈਂ ਤੁਹਾਨੂੰ ਇੱਕ ਏਦਾਂ ਦੀ ਖੁਸ਼ੀ ਦੀ ਗੱਲ ਦੱਸਦਾ ਵਾਂ ਜਿਹੜੀ ਕਿ ਸਾਰੇ ਲੋਕਾਂ ਦੀ ਹੋਵੇਗੀ ਸਵਰਗਦੂਤ ਨੇ ਇਹ ਨਹੀਂ ਕਿਹਾ ਕਿ ਜਿਹੜੀ ਸਿਰਫ ਈਸਾਈਆਂ ਦੇ ਲਈ ਹੋਏਗੀ ਸਵਰਗਦੂਤ ਨੇ ਕਿਹਾ ਕਿ ਏਦਾਂ ਦੀ ਖੁਸ਼ੀ ਦੀ ਖਬਰ ਜਿਹੜੀ ਕਿ ਸਾਰੇ ਲੋਕਾਂ ਦੇ ਲਈ ਹੋਵੇਗੀ ਦੇਖੋ ਤੁਸੀਂ ਦੂਸਰਿਆਂ ਨੂੰ ਦੱਸ ਸਕਦੇ ਖੁਸ਼ੀ ਦੀ ਖਬਰ ਹੈ ਪ੍ਰਭੂ ਯਸੂ ਦਾ ਜਨਮ ਜਿਹੜਾ ਕਿ ਸਾਰੇ ਲੋਕਾਂ ਦੇ ਲਈ ਹੈ ਤੁਸੀਂ ਇਹ ਆਇਤਾਂ ਵਿੱਚੋਂ ਕੋਈ ਵੀ ਆਇਤ ਆਪਣੇ ਕੋਲ ਨੋਟ ਕਰਕੇ ਰੱਖੋ ਕਿਸੇ ਨੂੰ ਵੀ ਕੋਈ ਵੀ ਆਇਤ ਸੁਣਾ ਸਕਦੇ ਹੋ ਦੱਸ ਸਕਦੇ ਹੋ ਤੇ ਬਾਅਦ ਵਿੱਚ ਵੀ ਪੁੱਛ ਸਕਦੇ ਹੋ ਤੁਸੀਂ ਕਿਸੇ ਨੂੰ ਘਰ ਬੁਲਾ ਕੇ ਵੀ ਆਇਤਾਂ ਨੂੰ ਦੱਸ ਸਕਦੇ ਹੋ ਜਿੱਥੇ ਡਿਊਟੀ ਕਰਦੇ ਹੋ ਆਪਣੇ ਨਾਲ ਕਰਮਚਾਰੀਆਂ ਨੂੰ ਵੀ ਦੱਸ ਸਕਦੇ ਹੋ ਤੇ ਲਾਸਟ ਵਿੱਚ ਜਦ ਤੁਸੀਂ ਬੱਚਿਆਂ ਨੂੰ ਉਹਨਾਂ ਨੂੰ ਸੁਣਾਇਆ ਤੇ ਉਸ ਤੋਂ ਬਾਅਦ ਉਹਨਾਂ ਲਈ ਪ੍ਰਾਰਥਨਾ ਵੀ ਕਰ ਸਕਦੇ ਹੋ ਤੇ ਨਾਲ ਦੀ ਨਾਲ 25 ਦਸੰਬਰ ਦੇ ਮੀਟਿੰਗ ਬਾਰੇ ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ ਅੱਜ ਕੀ ਪਤਾ ਸੀ ਤਾਂ ਕੋਈ ਤਾਂ ਚੱਲੋ ਕਰੀਏ ਤੇ ਜੀ ਬਈ ਤਾਂ ਬੁੱਕ ਚੱਲ ਕੇ ਬਿਲਕੁਲ ਕਾਜੀ ਪੀ
ਗੱਲਾਂ ਤੋਂ ਇਹ ਤੁਸੀਂ ਸਿੱਖ ਕੇ ਚੱਲੋ ਕਿ ਅੱਜ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦਾ ਮਹੀਨਾ ਸਿਰਫ ਖਾਣ ਪੀਣ ਦਾ ਜਾਂ ਨੱਚਣ ਗਾਣ ਦਾ ਹੀ ਮਹੀਨਾ ਨਹੀਂ ਹੈ ਕਿ ਏਦਾਂ ਹੀ ਨਹੀਂ ਕਿ ਸਿਰਫ ਇੱਕ ਦੂਸਰੇ ਨੂੰ ਮੈਰੀ ਕ੍ਰਿਸਮਸ ਹੈਪੀ ਕ੍ਰਿਸਮਸ ਕਹਿਤਾ ਇਹ ਉਹ ਬਹੁਤ ਹੈ ਜਿਵੇਂ ਕਿ ਬਹੁਤ ਸਾਰੇ ਲੋਕ ਦਿਖਾਵਾ ਕਰਦੇ ਹਨ ਕਹਿੰਦਾ ਨੀ ਕਿ ਸਿਰਫ ਇਸ ਦਿਨ ਕਿਸੇ ਨੂੰ ਕ੍ਰਿਸਮਸ ਦਾ ਕਾਰਡ ਭੇਜ ਦਿੱਤਾ ਇਹ ਕਾਫੀ ਹੈ ਹਾਂ ਤੁਸੀਂ ਆਪਣੇ ਮਨ ਦੀ ਤਸੱਲੀ ਲਈ ਕੁਛ ਕਰ ਸਕਦੇ ਜਾਂ ਕਿਸੇ ਨੂੰ ਕ੍ਰਿਸਮਸ ਕੇਕ ਦੇ ਦਿੱਤਾ ਆਪਣੇ ਮਨ ਦੀ ਤਸੱਲੀ ਲਈ ਦੇ ਸਕਦੇ ਹੋ ਪ੍ਰਭੂ ਯਿਸੂ ਮਸੀਹ ਦਾ ਜਨਮ ਦਾ ਮਹੀਨਾ ਹੈ ਕ੍ਰਿਸਮਸ ਦਾ ਮਹੀਨਾ ਹੈ ਦਸੰਬਰ ਦਾ ਮਹੀਨਾ ਹੈ ਪ੍ਰਭੂ ਯਿਸੂ ਮਸੀਹ ਦੀ ਖੁਸ਼ਖਬਰੀ ਪ੍ਰਭੂ ਦਾ ਵਚਨ ਸੁਣਾਉਣ ਦਾ ਮਹੀਨਾ ਹੈ ਵੈਸੇ ਤਾਂ ਪੂਰਾ ਸਾਲ ਭਰ ਸਾਨੂੰ ਇਹ ਕੰਮ ਕਰਨਾ ਚਾਹੀਦਾ ਹੈ ਵਿਸ਼ਵਾਸ ਹੈ ਕਿ ਜਿੰਨੇ ਵੀ ਪੁਆਇੰਟ ਤੁਸੀਂ ਸੁਣੇ ਨੇ ਕਿ ਇਹਨਾਂ ਦਿਨਾਂ ਵਿੱਚ ਸਾਨੂੰ ਕਰਨੇ ਚਾਹੀਦੇ ਤੁਸੀਂ ਉਹਨਾਂ ਨੂੰ ਜ਼ਰੂਰ ਕਰੋਗੇ ਤੇ ਜਿਹਨਾਂ ਗੱਲਾਂ ਤੋਂ ਪਰਹੇਜ਼ ਕਰਨਾ ਚਾਹੀਦਾ ਤੁਸੀਂ ਇਹਨਾਂ ਗੱਲਾਂ ਤੋਂ ਪਰਹੇਜ਼ ਕਰੋਗੇ ਸੋ ਪ੍ਰਭੂ ਨੇ ਚਾਹਿਆ ਤਾਂ ਹੁਣ ਅਸੀਂ 25 ਦਸੰਬਰ ਦੇ ਦਿਨ ਮਿਲਾਂਗੇ 25 ਦਸੰਬਰ ਦੀ ਛੋਟੀ ਜਿਹੀ ਅਨਾਊਂਸਮੈਂਟ ਤੁਹਾਨੂੰ ਕਰਨਾ ਚਾਹੁੰਦੇ ਹਾਂ 25 ਦਸੰਬਰ ਨੂੰ ਜਿਵੇਂ ਕਿ ਹਰ ਸਾਲ ਸਾਡੀ ਬਾਹਰ ਮੀਟਿੰਗ ਹੁੰਦੀ ਸੀ ਇਸ ਸਾਲ ਅਸੀਂ ਸੀਨੀਅਰ ਕਮੇਟੀ ਦੇ ਨਾਲ ਮਿਲ ਕੇ ਮੀਟਿੰਗ ਕੀਤੀ ਕਿ ਪ੍ਰੋਗਰਾਮ ਜਿਹੜਾ ਚਰਚ ਦੇ ਅੰਦਰ ਹੀ ਹੋਵੇਗਾ ਚਰਚ ਦੇ ਨੀਚਲੇ ਹਾਲ ਤੇ ਯਾਨੀ ਕਿ ਮੇਨ ਵਰਸ਼ਿਪ ਹਾਲ ਵਿੱਚ ਵੀ ਹੋਏਗਾ ਦੂਸਰੇ ਹਾਲ ਵਿੱਚ ਹੋਏਗਾ ਔਰ ਤੀਸਰੇ ਹਾਲ ਵਿੱਚ ਵੀ ਹੋਏਗਾ ਸੋ ਉਸ ਹਾਲਾਂ ਦੇ ਵਿੱਚ ਜਦ ਸਕਰੀਨ ਲੱਗੀ ਹੋਏਗੀ ਪ੍ਰੋਜੈਕਟਰ ਲੱਗਿਆ ਹੋਏਗਾ ਸੋ ਸਾਰੇ ਹਾਲ ਦੇ ਵਿੱਚ ਟਾਟ ਮੈਟ ਜਾਂ ਜਿਹੜੀ ਕਿ ਕੁਰਸੀਆਂ ਵਿਛੀਆਂ ਹੋਣਗੀਆਂ ਚੇਂਜ ਕੀਤਾ ਗਿਆ ਜਿਵੇਂ ਕਿ ਹਰ ਸਾਲ 10 ਵਜੇ ਹੁੰਦਾ ਸੀ ਇਸ ਸਾਲ 11 ਵਜੇ ਹੋਵੇਗਾ ਠੀਕ 2 ਵਜੇ ਤੱਕ ਅਸੀਂ ਖਤਮ ਕਰਾਂਗੇ ਪਹਿਲਾਂ 4-5 ਘੰਟੇ ਵੀ ਲੱਗ ਜਾਣਗੇ ਪਰ ਇਸ ਸਾਲ ਐਕਟੀਵਿਟੀਜ਼ ਨੂੰ ਵੀ ਘੱਟ ਕੀਤਾ ਸ਼ਾਰਟ ਕੀਤਾ ਹੈ 2-3 ਐਕਟੀਵਿਟੀ ਕਰਾਵਾਂਗੇ ਜ਼ਿਆਦਾ ਨਹੀਂ ਕਰਾਵਾਂਗੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਲਗਭਗ 3 ਘੰਟੇ ਦਾ ਪ੍ਰੋਗਰਾਮ ਹੋਏਗਾ ਜਿਹੜੀ ਕਿ ਵਰਸ਼ਿਪ ਟੀਮ ਵਰਸ਼ਿਪ ਕਰੇਗੀ ਉਸ ਤੋਂ ਬਾਅਦ 1-2 ਐਕਟੀਵਿਟੀਜ਼ ਹੋਣਗੀਆਂ ਉਸ ਤੋਂ ਬਾਅਦ ਪ੍ਰਭੂ ਦਾ ਪ੍ਰਚਾਰ ਹੋਏਗਾ ਤੇ ਜਿਹੜੀ ਕਿ ਠੀਕ 2 ਵਜੇ ਮੀਟਿੰਗ ਖਤਮ ਹੋ ਕੇ ਉਸ ਤੋਂ ਬਾਅਦ ਸਾਰੀ ਸੰਗਤ ਜਿੰਨੀ ਵੀ ਪਰੇਡਾਂ ਵਿੱਚ ਪਹੁੰਚੀ ਹੋਏਗੀ ਉਹਨਾਂ ਲਈ ਲੰਗਰ ਦਾ ਪ੍ਰਬੰਧ ਹੋਵੇਗਾ ਸੋ ਜੇਕਰ ਉਸ ਦਿਨ ਮੌਸਮ ਸਾਫ਼ ਸੁਥਰਾ ਰਿਹਾ ਤੇ ਜਿਹੜਾ ਕਿ ਲੰਗਰ ਦਾ ਪ੍ਰਬੰਧ ਬਾਹਰ ਪਾਰਕ ਵਿੱਚ ਕੀਤਾ ਜਾਵੇਗਾ ਅਗਰ ਮੌਸਮ ਸਾਫ਼ ਨਹੀਂ ਰਿਹਾ ਤੇ ਚਰਚ ਦੇ 3 ਮੰਜ਼ਲਾਂ ਤੇ ਹੋਵੇਗਾ ਸੋ ਇਹ ਕ੍ਰਿਸਮਸ ਬਾਰੇ ਅਸੀਂ ਸੋਚਣਾ ਧਿਆਨ ਨਾਲ ਨੋਟ ਕਰੋ ਸੋ ਸਾਰੇ ਸਾਰੇ 11 ਵਜੇ ਪਹੁੰਚਣ ਦੀ ਕੋਸ਼ਿਸ਼ ਕਰੋ ਸੋ ਤੁਸੀਂ ਆਓ ਉਹਨਾਂ ਲੋਕਾਂ ਨੂੰ ਲੈ ਕੇ ਆਓ ਜਿਹੜੇ ਕਦੇ ਚਰਚ ਨਹੀਂ ਜਾਂਦੇ ਪਰ ਜਿਹੜਾ ਕੋਈ ਕਿਸੇ ਚਰਚ ਦੇ ਨਾਲ ਜੁੜਿਆ ਹੁੰਦਾ ਚਰਚ ਵਿੱਚ ਕਿਤੇ ਜਾਂਦਾ ਹੈ ਉਹਨੂੰ ਤੁਸੀਂ ਨਾ ਆਪਣੇ ਚਰਚ ਵਿੱਚ ਲਿਆਓ ਸੋ ਤੁਸੀਂ ਉਹਨਾਂ ਲੋਕਾਂ ਨੂੰ ਲਿਆ ਸਕਦੇ ਜਿਹੜੇ ਕਦੇ ਕਿਸੇ ਚਰਚ ਵਿੱਚ ਨਹੀਂ ਜਾਂਦੇ ਜਾਂ ਕਿਤੇ ਨਹੀਂ ਗਏ ਜਾਂ ਉਹਨਾਂ ਨੇ ਚਰਚ ਬਾਰੇ ਨਹੀਂ ਸੁਣਿਆ ਤੁਸੀਂ ਉਹਨਾਂ ਨੂੰ ਚਰਚ ਵਿੱਚ ਲਿਆ ਸਕਦੇ ਹੋ ਤੇ ਤੁਸੀਂ ਮਤਲਬ ਆਪਣੇ ਆ ਸਕਦੇ ਹੋ ਪਰੇਡਾਂ ਵਿੱਚ ਆ ਸਕਦੇ ਹੋ ਤੁਸੀਂ ਆ ਸਕਦੇ ਹੋ ਆਪਣੇ ਆਸ ਪੜੋਸ ਨੂੰ ਲਿਆ ਸਕਦੇ ਹੋ ਤੇ ਹੂੰ ਹੂੰ ਆ ਕੇ ਪਹੁੰਚ ਸਕਦੇ ਹੋ ਪਰ ਯਾਦ ਰੱਖੋ ਆਪਣੇ ਆਪਣੇ ਮਾਸਕ ਨੂੰ ਵੀ ਪਾ ਕੇ ਰੱਖੋ ਜਿਵੇਂ ਸਰਕਾਰ ਵੱਲੋਂ ਗਾਈਡਲਾਈਨ ਹੈ ਸੋ ਜਿਵੇਂ ਕਿ ਹਰ ਵੀਰਵਾਰ ਨੂੰ ਆਨਲਾਈਨ ਵਰਸ਼ਿਪ ਹੁੰਦੀ ਸੀ ਇਸ ਵੀਰਵਾਰ ਨੂੰ ਆਨਲਾਈਨ ਵਰਸ਼ਿਪ ਨਹੀਂ ਹੋਏਗੀ ਕਿਉਂਕਿ ਸ਼ੁੱਕਰਵਾਰ ਨੂੰ ਕ੍ਰਿਸਮਸ ਦੀ ਮੀਟਿੰਗ ਹੋਏਗੀ ਉਸ ਲਈ ਤਿਆਰੀਆਂ ਵਿੱਚ ਹੋਵਾਂਗੇ ਤੇ ਉਸ ਤੋਂ ਬਾਅਦ ਜਿਹੜੀ ਕਿ ਵੀਰਵਾਰ ਦੀ ਆਨਲਾਈਨ ਵਰਸ਼ਿਪ ਜਿਹੜੀ ਚੱਲਦੀ ਰਹੇਗੀ ਤੇ ਜਿਵੇਂ ਕਿ ਰੈਗੂਲਰ ਜਿਹੜੀ
वर्शिप है संडे चर्च दी, ओ असी अगले साल तो जड़ी है नीचे चर्च विच हॉल विच शुरू करांगे। उसके लिए आपको आगे बता दिया जाएगा। सो उस दे लिए तुहानू अगे दस दिता जाएगा। पच्ची दिसंबर की जड़ी मीटिंग होएगी ऑनलाइन भी चलती रहेगी जिवें कि हर बारी चलती है। पर जिवें हॉल विच मीटिंग साडी हर साल होंदी सी ओवें इस तरीके नाल भी चलती रहेगी। जिन्हें भी परेटा में चाहे संगत विच लोग आए ने सारे ने एक छोटा छोटा गिफ्ट परेटा वालों जिवें कि असी क्रिसमस दे हर साल जिहड़े कि एक संडे पहला सबना नूं दिया करदे वो छोटा छोटा गिफ्ट जिहड़ा कि तुहानूं लंगर खांदे खांदे ही तुहाडे कोल गिफ्ट जिहड़ा अज पहुंच जाएगा। सो तुसी सारे जने इन्हां गल्लां दा ध्यान रखो। सो हुण असीं 25 दिसंबर नूं मिलांगे प्रभु दी खुशखबरी नाल। सो तुसीं सारे लास्ट दुआ विच हो जावो कि असीं लास्ट दुआ विच हुण चलांगे। सारे जने अपनी अक्खां नूं बंद कर लै, सिर ढक लो, पैरां दे सिर ढके होणे चाहिए। प्रभु जी धन्नवाद करदे आं तुसीं अज दी सोलम सभा नूं अपने हत्थां विच लैके चलाया। तुसीं वर्शिप टीम नूं इस्तेमाल कीता अपने स्वर्ग राज विच कबूल करो। ਤੁਸੀਂ ਪਿਤਾ ਪਰਮੇਸ਼ਵਰ ਆਪਣੇ ਦਾਸ ਦਾਸੀ ਦੇ ਵਸੀਲੇ ਆਪਣਾ ਮਧੁਰ ਵਚਨ ਦੇ ਕੇ ਆਪਣੇ ਲੋਕਾਂ ਨਾਲ ਗੱਲਬਾਤ ਕੀਤੀ। ਜਿੰਨੇ ਲੋਕਾਂ ਨੇ ਆਪਣੇ ਘਰਾਂ 'ਚ ਬੈਠ ਕੇ ਇਸ ਔਨਲਾਈਨ ਸਰਵਿਸ ਨੂੰ ਅਟੈਂਡ ਕੀਤਾ, ਵਰਸ਼ਿਪ ਨੂੰ ਅਟੈਂਡ ਕੀਤਾ ਔਰ ਇਸ ਪ੍ਰਚਾਰ ਨੂੰ ਸੁਣਿਆ ਔਰ ਜਿਨ੍ਹਾਂ ਨੇ ਪ੍ਰੇਟ ਆਵਰੇ ਜਾ ਕੇ ਸੁਣਿਆ, ਸਭ ਨਾਲੋਂ ਬੜੀ ਬਰਕਤ ਹੈ ਉਹ। ਹੁਣ ਤੋਂ ਪਿਤਾ ਪਰਮੇਸ਼ਰ ਤੁਹਾਡੇ ਲੋਕਾਂ ਨੂੰ ਇੱਦਾਂ ਦਾ ਫਜ਼ਲ ਬਖਸ਼ੋ ਤਾਂ ਕਿ ਖੁਦਾਵੰਦ ਇਸ ਮਹੀਨੇ ਦੇ ਵਿੱਚ ਜਦੋਂ ਤੁਹਾਡੀ ਇਸ ਖੁਸ਼ਖਬਰੀ ਫੈਲਾਉਂਦਾ ਖਾਸ ਮਹੀਨਾ ਹੈ, ਖੁਦਾਵੰਦ ਤੁਹਾਡੇ ਲੋਕਾਂ ਨੂੰ ਫਜ਼ਲ ਬਖਸ਼ੋ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਤੁਹਾਡੀ ਖੁਸ਼ਖਬਰੀ ਤੁਹਾਡਾ ਪ੍ਰਚਾਰ ਲੋਕਾਂ ਨੂੰ ਦੱਸ ਸਕਣ। ਇਹ ਸਿਰਫ ਇੱਕ ਦੂਸਰੇ ਨੂੰ ਮੈਰੀ ਕ੍ਰਿਸਮਸ ਹੈਪੀ ਕ੍ਰਿਸਮਸ ਕਹਿ ਕੇ ਜਾਂ ਇੱਕ ਦੂਸਰੇ ਨੂੰ ਕ੍ਰਿਸਮਸ ਕਾਰਡ ਬਣ ਕੇ ਕੇਕ ਬਣ ਕੇ ਹੀ ਸਬਰ ਨਾ ਕਰ ਲੈਣ। ਆਪਣੇ ਗੇਟ ਤੇ ਕ੍ਰਿਸਮਸ ਫਾਦਰ ਨੂੰ ਖੜਾ ਕਰਕੇ ਜਾਂ ਕ੍ਰਿਸਮਸ ਟ੍ਰੀ ਨੂੰ ਖੜਾ ਕਰਕੇ ਜਾਂ ਸਟਾਰ ਲਗਾ ਕੇ ਇੱਕ ਦੂਸਰੇ ਨੂੰ ਸਬਰ ਨਾ ਕਰ ਲੈਣ, ਕਿਉਂਕਿ ਪਿਤਾ ਪਰਮੇਸ਼ਰ ਸਾਰੀ ਚੀਜ਼ਾਂ ਜਿਕਰ ਤੁਹਾਡੇ ਵਚਨ ਨੇ ਤਾਂ ਦਿੱਤਾ ਹੋਇਆ ਨਹੀਂ। ਖੁਦਾਵੰਦ ਹੋਣ ਦਿਓ, ਤੁਸੀਂ ਆਪਣੇ ਬੱਚਿਆਂ ਨੂੰ ਇੱਦਾਂ ਦਾ ਫਜ਼ਲ ਬਖਸ਼ੋ ਤਾਂ ਕਿ ਤੁਹਾਡੇ ਜਨਮ ਦਾ ਅਸਲੀ ਮਕਸਦ ਜੋ ਸਾਡੇ ਜੀਵਨਾਂ ਲਈ ਹੈ ਉਸ ਨੂੰ ਪੂਰਾ ਕਰਦੇ ਹੋਏ ਅੱਗੇ ਵਧਦੇ ਜਾਣ। ਇਹ ਖੁਦ ਵੀ ਸਮਝਣ ਕਿ ਪ੍ਰਭੂ ਯਿਸੂ ਮਸੀਹ ਮੇਰੇ ਲਈ ਨਹੀਂ ਪੂਰੀ ਸੰਸਾਰ ਦੇ ਲਈ ਆਇਆ, ਮੇਰੇ ਪਾਪਾ ਲਈ ਨਹੀਂ ਬਲਕਿ ਪੂਰੇ ਸੰਸਾਰ ਦੇ ਪਾਪਾਂ ਦੇ ਲਈ ਮੁਕਤੀ ਦਾ ਰਸਤਾ ਖੋਲਣ ਲਈ ਆਇਆ, ਕੁਆਰੀ ਮਰੀਮ ਦੀ ਕੋਖ ਤੋਂ ਜਨਮ ਲੈ ਕੇ ਆਇਆ। ਸੋ ਮੇਰੇ ਲਈ ਇਸ ਧਰਤੀ ਤੇ ਆਏ, ਮੇਰੇ ਲਈ ਮਾਰੇ ਗਏ, ਗਾੜੇ ਗਏ ਤੇ ਤੀਸਰੇ ਦਿਨ ਮੁਰਦਿਆਂ ਵਿੱਚੋਂ ਜੀ ਵੀ ਉੱਠੇ, ਤੇ ਅੱਜ ਮੇਰੇ ਲਈ ਉਹ ਸਵਰਗੀ ਪਿਤਾ ਸਵਰਗ ਵਿੱਚ ਵਿਰਾਜਮਾਨ ਹੈ। ਹੁਣ ਤਾਂ ਪਿਤਾ ਜੀ ਤੁਹਾਡੇ ਬੱਚੇ ਤੁਹਾਡੇ ਲੋਕ ਜਿਹੜੇ ਤੁਹਾਡੇ ਜਨਮ ਦਿਨ ਦੇ ਅਸਲੀ ਮਕਸਦ ਨੂੰ ਸਮਝਣ ਤੇ ਉਸਦੇ ਚੱਲਣ ਤੇ ਉਸਦੀ ਪਾਲਣਾ ਕਰਦੇ ਜਾਣ। ਇਹਨਾਂ ਸਭਨਾਂ ਦੇ ਦਿਲ ਦੀ ਚਰਨੀ ਦੇ ਵਿੱਚ ਤੁਹਾਡੇ ਬੇਟੇ ਯਿਸੂ ਦਾ ਜਨਮ ਹੋ ਜਾਵੇ। ਜਿੰਨੇ ਵੀ ਪ੍ਰੇ ਟਾਵਰ ਚ ਲੋਕ ਤੁਹਾਡੇ ਪਹੁੰਚੇ ਸਭਨਾਂ ਨੂੰ ਬੜੀ ਆਸ਼ੀਸ਼ ਤੇ ਬੜੀ ਬਰਕਤ ਦੇ ਕੇ ਵਿਦਾ ਕਰੀਓ। ਤੇ ਹੁਣ ਤੋਂ ਪਿਤਾ ਪਰਮੇਸ਼ਰ ਇਸ ਮਹੀਨੇ ਵਿੱਚ ਅਸੀਂ ਜ਼ਿਆਦਾ ਤੋਂ ਜ਼ਿਆਦਾ ਤੁਹਾਡੀ ਖੁਸ਼ਖਬਰੀ ਨੂੰ ਤੁਹਾਡੇ ਪ੍ਰਚਾਰ ਨੂੰ ਵੰਡ ਸਕੀਏ। ਤੁਹਾਡੀ ਮਰਜ਼ੀ ਹੋਵੇ ਪ੍ਰਭੂ ਜੀ, 25 ਦਿਸੰਬਰ ਨੂੰ ਫਿਰ ਮਿਲ ਕੇ ਤੁਹਾਡੀ ਮਹਿਮਾ ਕਰਨ ਦਾ ਫਜ਼ਲ ਦੇਣਾ। ਸਾਡੀ ਸਾਰੀ ਪ੍ਰੇਟਾਵ ਦੀ ਟੀਮ ਨੂੰ, ਸਾਰੀ ਪ੍ਰੇਟਾਵ ਦੀ ਕਲੀਸਿਆ ਨੂੰ ਬੜੀ ਬਰਕਤ ਆਸ਼ੀਸ਼ ਦੇ, ਸਾਰੀ ਲੁਧਿਆਣਾ ਦੀ ਕਲੀਸਿਆ ਵਿੱਚ ਸੁਖ ਸ਼ਾਂਤੀ ਬਖਸ਼ਣਾ ਪ੍ਰਭੂ। ਸਾਰੇ ਲੁਧਿਆਣਾ ਪੰਜਾਬ ਹਿੰਦੁਸਤਾਨ ਵਿੱਚ ਆਪਣੇ ਸੇਵਾ ਕਰ ਰਹੇ ਸੇਵਕ ਸੇਵਿਕਾ ਨੂੰ ਬੜੀ ਆਸ਼ੀਸ਼ ਤੇ ਬੜੀ ਬਰਕਤ ਦੇਣਾ ਪਿਤਾ। ਪੂਰੇ ਸੰਸਾਰ ਨੂੰ, ਪੂਰੇ
वर्ड नु बड़ी बरकत दियो प्रभु जी, तुहाडे बेटे यीशु बारे सारे लोग जान जाएंगे प्रभु, यीशु मसीह जगत दा मुक्ति दाता है। प्रभु यीशु मसीह धर्म किसी की जात नहीं बदलते बल्कि जीवन बदलते हैं। सारे देश में सुख शांति दे दो प्रभु, देश के प्रधानमंत्री राष्ट्रपति और सारे कैबिनेट मंत्रियों को बड़ी बरकत दियो प्रभु। दिल्ली में चल रहे किसान आंदोलन से खुदावन तुम्हारी आशीष मांगते, तुम्हारी मर्जी के मुताबिक फैसला हो जाए ताकि प्रभु जी सारा देश जो दिनों दिन तरक्की करता जाए, सारा पंजाब तरक्की करता जाए, पूरी दुनिया में सुख शांति बख्श दो, सारा कोरोना का खतरा खत्म कर दो। सारी संगति सारी कलीसिया सारे सेवादार हो सीनियर कमेटी जूनियर कमेटी वॉलंटियर्स मीडिया टीम वर्शिप टीम सारी इस महीने में मीटिंग टीम जी है विजिट टीम है सारे थोड़ी बरकत आशीष मंगते हैं। धन्यवाद करते प्रभु जी इस संबंध में तुम अपने हाथों में लेके रात नूं सुनने के लिए धन्यवाद प्रभु, यीशु के नाम से मांगते हैं, प्रभु यीशु के नाम विच मांगते हैं पिता। प्रभु यीशु मसीह हर समय गलबात जिथे भी रहो वधदे जाओ तरक्की करते जाओ प्रभु यीशु मसीह के तकड़े गवाह बन के रहो। आमीन आमीन।